स्वागत है जी आप सारे दा एक बार फिर तो साडे प्रोग्राम सवाल जवाब दे विच YouTube चैनल तत् गुरमत ज्ञान दे उत्ते। हर सोमवार की तरह इस बार फिर असी प्रोग्राम लैके हाजिर हैं। प्रोग्राम दे विच स्टूडियो च मैं मनजोत सिंह ते मेरे नाल ने प्रोफेसर इंद्र सिंह कग्गा। प्रोफेसर साहब वाहिगुरु जी का खालसा वाहिगुरु जी की फतेह जी। वाहिगुरु जी का खालसा वाहिगुरु जी की फतेह जी। जिवें सरोते हो तुहानू पता ही है ਆਪਾਂ ਹਰ ਐਪੀਸੋਡ ਦੇ ਵਿੱਚ ਤਕਰੀਬਨ 5 ਕੁਐਸਚਨ ਲੈ ਕੇ ਆਈ ਦੀ ਹੈ ਉਹਨਾਂ ਦੇ ਜਵਾਬ ਪ੍ਰੋਫੈਸਰ ਸਾਹਿਬ ਤੋਂ ਲਈਦੇ ਆ। ਸਵਾਲ ਤੁਹਾਡੇ ਹੁੰਦੇ ਆ ਕੁਛ ਧਰਮ ਤੋਂ ਰਿਲੇਟਡ ਹੁੰਦੇ ਆ, ਕੁਝ ਕਹਾਵਤਾਂ ਤੋਂ ਰਿਲੇਟਡ, ਕੁਝ ਆਮ ਜ਼ਿੰਦਗੀ ਤੋਂ ਰਿਲੇਟਡ ਹੁੰਦੇ ਆ। ਬਹੁਤ ਸਾਰੇ ਸਵਾਲ ਆਪਣੇ ਕੋਲ ਆਉਂਦੇ ਆ, ਕੋਸ਼ਿਸ਼ ਕਰੀ ਕਿ ਹਰ ਵਾਰ ਆਪਾਂ 5-7 ਸਵਾਲ ਉਹਨਾਂ ਦੇ ਵਿੱਚੋਂ ਲੈ ਕੇ ਤੇ ਉਹਦੇ ਤੇ ਗੱਲਬਾਤ ਕਰ ਲਈਦੀ ਹੈ। ਇਸ ਵਾਰ ਜਿਹੜਾ ਸਵਾਲ ਨੰਬਰ 421 ਤੋਂ ਆਪਾਂ ਆਪਣਾ ਪ੍ਰੋਗਰਾਮ ਸ਼ੁਰੂ ਕਰਨਾ, ਉਸ ਤੋਂ ਪਹਿਲਾਂ ਮੈਂ ਸਰੋਤਿਆਂ ਨੂੰ ਦੱਸਦੇ ਹਾਂ ਜੇ ਤੁਸੀਂ ਸਵਾਲ ਭੇਜਣਾ ਚਾਹੁੰਦੇ ਹੋ ਤਾਂ ਸਾਡਾ ਵਟਸਐਪ ਨੰਬਰ 7073288195 ਤੇ ਭੇਜ ਸਕਦੇ ਹੋ। ਸਕਰੀਨ ਦੇ ਉੱਤੇ ਤੁਹਾਨੂੰ ਨੰਬਰ ਦਿੱਤਾ ਜਾ ਰਿਹਾ ਉਹ ਦਿਖ ਰਿਹਾ ਹੋਣਾ। ਔਰ ਇਹਦੇ ਨਾਲ ਨਾਲ ਇੱਕ ਇਹ ਵੀ ਖਿਆਲ ਰੱਖਿਓ, ਤੁਸੀਂ ਵਟਸਐਪ ਦੇ ਉੱਤੇ ਸਵਾਲ ਭੇਜਣੇ ਆ, ਲਿਖ ਕੇ ਭੇਜਦੇ ਹੋ ਤਾਂ ਬਹੁਤ ਵਧੀਆ। ਜੇ ਤੁਹਾਨੂੰ ਲਿਖਣਾ ਨਹੀਂ ਆਉਂਦਾ, ਲਿਖਣ ਦੇ ਵਿੱਚ ਹੱਥ ਤੰਗ ਹੈ, ਤਾਂ ਕੋਈ ਇਸ਼ੂ ਨਹੀਂ, ਤੁਸੀਂ ਆਪਣੀ ਵੋਇਸ ਰਿਕਾਰਡ ਕਰੋ, ਉਹਦੇ ਵਿੱਚ ਰਿਕਾਰਡ ਕਰਕੇ ਸਾਨੂੰ ਭੇਜ ਦਿਓ, ਉਹਨੂੰ ਲਿਖ ਕੇ ਅਸੀਂ ਆਪੇ ਪੁੱਛ ਲਾਂਗੇ। ਉਹਦੇ ਨਾਲ ਨਾਲ ਇੱਕ ਖਿਆਲ ਹੋਰ ਰੱਖਿਓ, ਤੁਸੀਂ ਸਵਾਲ ਭੇਜਦੇ ਹੋ ਤੁਹਾਡਾ ਵਟਸਐਪ ਦਾ ਜਿਹੜਾ ਮੈਸੇਜ ਹੈ ਉਹ ਸੀਨ ਨਹੀਂ ਹੁੰਦਾ। 5 ਦਿਨ, 10 ਦਿਨ, 15 ਦਿਨ ਟੈਨਸ਼ਨ ਨਾ ਲਿਓ, ਜਦੋਂ ਵੀ ਸੀਨ ਹੋਇਆ ਤੁਹਾਨੂੰ ਆਪੇ ਪਤਾ ਲੱਗ ਜੂਗਾ, ਕਿਉਂਕਿ ਸਵਾਲ ਕਾਫੀ ਸਾਰੇ ਜੁੜ ਜਾਂਦੇ ਆ ਬਾਅਦ ਚ, ਲੰਬੇ ਸਮੇਂ ਬਾਅਦ ਉਹਨੂੰ ਦੇਖਿਆ ਜਾਂਦਾ, ਔਰ ਇੱਕ ਦਿਨ ਸਾਰਿਆਂ ਨੂੰ ਫਿਰ ਅਸੀਂ ਲਿਸਟ ਦੇ ਵਿੱਚ ਲਾ ਲੈਂਦੇ ਹਾਂ। ਰੋਜ਼ਾਨਾ ਸਵਾਲ ਨਹੀਂ ਦੇਖ ਹੁੰਦੇ ਗੇ, ਕਈ ਵੀਰਾਂ ਦੇ ਮੈਸੇਜ ਆਉਂਦੇ ਆ ਜੀ ਮੇਰਾ ਸਵਾਲ ਹਜੇ ਤੱਕ ਰੀਡ ਨਹੀਂ ਹੋਇਆ, ਮੈਨੂੰ ਕੋਈ ਰਿਪਲਾਈ ਨਹੀਂ ਮਿਲਿਆ। ਸੋ ਵੇਟ ਕਰਿਆ ਕਰੋ, ਆਪਣੇ ਸਮੇਂ ਦਾ ਇੰਤਜ਼ਾਰ ਕਰਿਆ ਕਰੋ, ਤੁਹਾਡਾ ਸਵਾਲ ਜਦੋਂ ਵੀ ਆਊਗਾ ਤੁਹਾਨੂੰ ਪਤਾ ਲੱਗ ਜਾਊਗਾ। ਸ਼ੁਰੂਆਤ ਕਰਦੇ ਹਾਂ ਆਪਾਂ ਅੱਜ ਦੇ ਪ੍ਰੋਗਰਾਮ ਦੀ, ਸਵਾਲ ਨੰਬਰ 421 ਤੋਂ ਅਨੂਪ ਸਿੰਘ ਗੁਰਦਾਸਪੁਰ ਤੋਂ। ਪ੍ਰੋਫੈਸਰ ਸਾਹਿਬ ਇਹਨਾਂ ਨੇ ਸਵਾਲ ਭੇਜਿਆ, ਸਵਾਲ ਬੜਾ ਜਾਇਜ਼ ਹੈ ਔਰ ਕਈ ਵਾਰ ਇਹਦੇ ਬਾਰੇ ਗੱਲਬਾਤ ਹੋ ਚੁੱਕੀ ਹੈ। ਭਾਣਾ ਮੰਨਣਾ ਇੱਕ ਸ਼ਬਦ ਹੈ, ਭਾਣਾ ਜਿਹਦੇ ਅਰਥ ਸਾਡੇ ਰਾਗੀਆਂ ਨੇ, ਢਾਡੀਆਂ ਨੇ, ਕਥਾਵਾਚਕਾਂ ਨੇ, ਪ੍ਰਚਾਰਕਾਂ ਨੇ ਇਸ ਤਰੀਕੇ ਦੇ ਨਾਲ ਕੀਤੇ ਹੈ ਜਿਹਦੇ ਵਿੱਚ ਸੁਣਨ ਵਾਲਿਆਂ ਨੂੰ ਇਹ ਲੱਗਦਾ ਹੈ ਵੀ ਭਾਣਾ ਜਿਹੜਾ ਹੈਗਾ ਉਹ ਰੱਬ ਦੀ ਹੋਂਦ ਹੈ, ਰੱਬ ਦੀ ਰਜ਼ਾ ਹੈ, ਚਾਹੇ ਮਾੜਾ ਹੋਵੇ ਸਾਡੇ ਨਾਲ ਚਾਹੇ ਚੰਗਾ ਹੋਵੇ ਉਹਨੂੰ ਮੰਨ ਲੈਣਾ ਚਾਹੀਦਾ। ਇਹਨਾਂ ਦਾ ਪੁੱਛਣਾ ਹੈ ਵੀ ਇਸ ਭਾਣੇ ਦੇ ਅਸਲ ਅਰਥ ਹੈ ਕੀ, ਵਾਕਿਆ ਹੀ ਜੇ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ, ਸਾਡਾ ਕਿਤੇ ਕੋਈ ਨੁਕਸਾਨ ਹੁੰਦਾ ਹੈ, ਤਾਂ ਉਹਦਾ ਜ਼ਿੰਮੇਦਾਰ ਰੱਬ ਹੁੰਦਾ ਹੈ ਜਾਂ ਅਸੀਂ ਆਪ ਹੁੰਦੇ ਹਾਂ? ਭਾਣਾ ਮੰਨਣ ਦੇ ਅਸਲ ਅਰਥ ਕੀ ਹੈਗੇ ਆ ਜੀ? ਆਪਣੇ ਜੀ ਸਮਾਜ ਦੇ ਵਿੱਚ ਬਹੁਤ ਸਾਰੇ ਸ਼ਬਦ ਇਹੋ ਜਿਹੇ ਨੇ ਜਿਹੜੇ ਫੈਲ ਜਾਂਦੇ ਨੇ ਤੇ ਕੁਝ ਸ਼ਬਦ ਸੁੰਗੜ ਜਾਂਦੇ ਨੇ, ਭਾਵ ਕਿ ਇੱਕ ਸੀਮਤ ਦਾਇਰੇ ਤੱਕ ਰਹਿ ਜਾਂਦੇ ਨੇ, ਕੁਝ ਖਾਸ ਹਸਤੀਆਂ ਵਾਸਤੇ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਕੁਝ ਸ਼ਬਦ ਬਹੁਤ ਸਾਰੇ ਹੋਰ ਵਿਅਕਤੀਆਂ ਵਾਸਤੇ ਵੀ ਸਾਂਝੇ ਵਰਤ ਲਏ ਜਾਂਦੇ ਨੇ। ਇਸ ਤਰ੍ਹਾਂ ਇਹ ਸਮਾਜ ਦੇ ਵਿੱਚ ਸਾਰੀ ਦੁਨੀਆਂ 'ਚ ਚੱਲਦਾ ਆ ਰਿਹਾ। ਜਿਹੜਾ ਭਾਣਾ ਸ਼ਬਦ ਹੈ, ਜਦੋਂ ਆਪਾਂ ਗੁਰਬਾਣੀ 'ਚੋਂ ਇਹਨੂੰ ਵੇਖੀਏ ਸਮਝੀਏ ਤਾਂ ਇਹ ਭਾਣਾ, ਹੁਕਮ, ਰਜ਼ਾ ਅਤੇ ਉਹਦੇ ਸਾਰੇ ਜਿਹੜੇ ਨਿਯਮ ਨੇ, ਕਾਨੂੰਨ ਨੇ ਕੁਦਰਤ ਦੇ, ਇਹ ਉਹਨਾਂ ਵਾਸਤੇ ਆ ਰਿਹਾ। ਕੇਵਲ ਇਹ ਜਦੋਂ ਕੋਈ ਦੁਖਦਾਈ ਘਟਨਾ ਵਾਪਰਦੀ ਹੈ ਉਹਨਾਂ ਵਾਸਤੇ ਭਾਣਾ ਨਹੀਂ ਹੈ, ਹਰੇਕ ਕੰਮ ਵਾਸਤੇ ਭਾਣਾ ਸ਼ਬਦ ਹੈ। ਭਾਵ ਕਿ ਇਹ ਇਸ ਤਰ੍ਹਾਂ ਦਾ ਸੋਚਣ ਦਾ ਢੰਗ ਸਾਡਾ ਤਾਂ ਬਣ ਗਿਆ ਕਿਉਂਕਿ ਪ੍ਰਚਾਰਕਾਂ ਨੇ, ਕਥਾਵਾਚਕਾਂ ਨੇ ਕਿਸੇ ਵੀ ਦੁਖਦਾਈ ਸਮੇਂ ਤੇ ਇਹ ਸ਼ਬਦ ਵਾਰ ਵਾਰ ਵਰਤਿਆ ਕਿ ਭਾਣਾ ਮੰਨੋ ਭਾਈ, ਉਦਾਸ ਢੰਗ ਦੇ ਨਾਲ, ਉਦਾਸ ਲਹਿਜੇ ਦੇ ਵਿੱਚ ਪਰਿਵਾਰ ਕੋਲੇ ਜਦੋਂ ਵਾਰ ਵਾਰ ਕਹਿਣਾ ਵੀ ਭੈਣਾ ਭਾਣਾ ਤਾਂ ਹੁਣ ਮੰਨਣਾ ਹੀ ਪਊਗਾ, ਹੋਰ ਭਾਣੇ ਦੇ ਅੱਗੇ ਕੀ ਚਾਰਾ ਹੈ ਸਾਡਾ, ਤਾਂ ਸਾਰੇ ਸਰੋਤਿਆਂ ਨੂੰ, ਲੋਕਾਂ ਨੂੰ ਇਹ ਲੱਗਣ ਲੱਗ ਪੈਂਦਾ ਇਹ ਭਾਣਾ ਸ਼ਬਦ ਹੈ ਕੇਵਲ ਦੁੱਖਾਂ ਨਾਲ ਸੰਬੰਧਿਤ ਹੈ, ਇਹ ਰੱਬ ਦੀ ਰਜ਼ਾ ਦੇ ਵਿੱਚ ਹੀ ਹੁੰਦਾ ਤੇ ਇਹਨੂੰ ਮੋੜਿਆ ਨਹੀਂ ਜਾ ਸਕਦਾ, ਹੁਣ ਤਾਂ ਮੰਨਣਾ ਹੀ ਪਵੇਗਾ। ਗੱਲ ਇਹ ਹੈ, ਇਹ ਕੁਦਰਤ ਦੇ ਨਿਯਮ ਨੂੰ ਭਾਣਾ, ਹੁਕਮ, ਰਜ਼ਾ ਆਦਿਕ ਬਹੁਤ ਸਾਰੇ ਸ਼ਬਦਾਂ ਨਾਲ ਗੁਰਬਾਣੀ 'ਚ ਸੰਬੋਧਨ ਕੀਤਾ ਗਿਆ। ਤੇ ਰਹੀ ਗੱਲ ਦੁਖਦਾਈ ਪੱਖ ਤੋਂ ਇਹਨੂੰ ਲੈਣ ਦੀ, ਇਹ ਦੁਖਦਾਈ ਪੱਖ ਤੋਂ ਗੁਰੂ ਸਾਹਿਬ ਨੇ ਨਹੀਂ ਸੀ ਲਿਆ, ਬਲਕਿ ਸਾਡੇ ਪ੍ਰਚਾਰਕਾਂ ਨੇ ਇਹ ਸ਼ਬਦ ਚੁਣ ਲਿਆ, ਵਾਰ ਵਾਰ ਇਹਦੀ ਇਸ ਵਾਸਤੇ ਦੁਹਰਾਈ ਕਰਕੇ ਇਹਨੂੰ ਲੋਕਾਂ ਦੇ ਮਨਾਂ 'ਚ ਬਿਠਾ ਦਿੱਤਾ। ਅਸਲ ਦੇ ਵਿੱਚ ਕੀ ਸੀ, ਜੇ ਭਾਣਾ ਮੰਨਣ ਦੀ ਗੱਲ ਆਪਾਂ ਜਿਵੇਂ ਚੱਲ ਪਈ ਹੈ ਇਸ ਤਰ੍ਹਾਂ ਲਾਈਏ, ਤਾਂ ਜਦੋਂ ਕੋਈ ਬਿਮਾਰੀ ਆਉਂਦੀ ਹੈ ਤਾਂ ਇਹਦਾ ਮਤਲਬ ਹੈ ਸਾਨੂੰ ਇਲਾਜ ਨਹੀਂ ਕਰਾਉਣਾ ਚਾਹੀਦਾ, ਭਾਣਾ ਮੰਨਣਾ ਚਾਹੀਦਾ। ਜਦ ਕੋਈ ਲੜਾਈ, ਝਗੜਾ, ਜੰਗ ਯੁੱਧ ਹੁੰਦਾ ਤਾਂ ਉਹਨੂੰ ਹਟਾਉਣ ਦਾ, ਅਮਨ ਕਰਨ ਦਾ ਕੋਈ ਪ੍ਰਬੰਧ ਨਹੀਂ ਕਰਨਾ ਚਾਹੀਦਾ, ਇਹਦਾ ਮਤਲਬ ਭਾਣਾ ਮੰਨ ਲੈਣਾ ਚਾਹੀਦਾ। ਇਸੇ ਤਰ੍ਹਾਂ
कोई भी बर्बादी हो रही है, कोई भी नुकसान हो रहा है, जां साडी नौकरी जा रही है, जां व्यापार च घाटा पै रहा है, कोई भी नुकसान हो रहा है, तां फिर असी उहदा इलाज ना करिए, उहदा इह ना लभीए कि घाटा सानू क्यों पै रहा है, नुकसान क्यों हो रहा है। इहदा मतलब है भाणा मन के चुप करके बह जाइए। प्रचारकां ने साडे मनां च यही बिठा दिता, गल इह नहीं कि उस निजम नूं समझो जिस कारण करके तुहानूं घाटा पिआ है, जिस कारण करके तुहानूं बीमारी आई है, जिस कारण करके तुहाडा इह नुकसान होया है, उस कारण नूं लभण दा यतन करो। जे तुसीं बेबस हो गए हो, उह जिहड़ा कारण तुहानूं समझ नहीं आया, फिर तुहाडे कोले उह कुदरत दा हुक्म मन्नण तों बिना होर कोई चारा नहीं है, फिर तां तुहानूं घाटा बर्दाश्त करना ही पवेगा। जे तुसीं अगों देईए चेती है तां कायत मिलै सजाए, जे भविख बारे पहलां कोई पलानिंग बना लो तां इह नुकसान जिहड़ा भाणे वालियां गल्लां ने इह नहीं होवेगा। जिवें कि आपां बीमारियां वास्ते कह सकते हाँ, पहला चेचक की बीमारी सी ते उदों सारे काली माता दा जां होर मातावां दी जिहड़े पूजा करदे सी कि वह माता नाराज हो गई तां चेचक निकले आई, ते सदियां तक इहो ही कम चलदा रहा, पर फिर भी माता खुश नहीं हुई, चेचक चलदी रही। तां उस तों चेचक दा टीके दी काढ कढ ली, ते फिर भाणा मन्नणों लोकी हट गए चेचक दा, ते टीका सारिआं ने लवाउणा शुरू कर लिया। इस तरह मलेरिया पहला बड़ा प्रभाव सी लोकां ते, बीमारी आउंदी सी प्रसाद दे दिनां च मलेरिए दी बुखार, ते ओह मलेरिए दे टीके ते गोलियां चल पईआं, ते मलेरिए दा भाणा बदल गया, ते हुण मलेरिए दा भाणा नहीं है किते वी। गल है जदों बंदा बेबस हो जांदा है, उहदा चारा नहीं कोई चलदा, उदों फिर जिहड़े कुछ वड्डी उम्र दे लोक ने जां प्रचारक ने उहनां दे मन नूं तसल्ली देण वास्ते इह कहिंदे ने भाई हुण कोई चारा नहीं, हुण तां भाणा मनणा ही पवेगा। इह गल इक पक्खों इह ठीक मैं इस तरह कह सकदा इहनूं कि जदों बंदे की मौत आई गई, मरी गया, ते फिर तां अपना मन तकड़ा करना पवेगा, होर कोई चारा नहीं है। पर सोचना यह है कि अगे तो एहो जे हादसे ना वापरन, बीमारियां ना आउन, एक्सीडेंट ना होण, यह भाणा मनण दीआं गल्लां बार बार सानू सुणनीआं ना पैण, अपने आप नूं भविख दी रूपरेखा तैयार करके पहलां तो तैयार करिए। यह भाणा शब्द बहुत सारे कुदरत दे निजमां वास्ते गुरबाणी च वरत्या गया, केवल मरन नाल जां दुखदाई पख नाल ही इह नहीं है, बाकियां कम्मां नाल भी जिहड़े कुदरत दे कानून ने उहनां सारिआं नाल सांझे तौर ते इह शब्द गुरबाणी च वरत्या जा। जी प्रोफेसर साहब, अगला सवाल 422 नंबर हैगा जी, मोहन सिंह बड़पग्गा दा, यूके तो है। इन्हां दा कहना है जी, जदों भी तुसी प्रोग्राम सवाल जवाब की गल होवे जां कोई होर तुसी अपनी वीडियो बनाउंदे हो, कुछ भी जदों तुसी रिकॉर्ड करदे हो जां वीडियो दे राहीं कुछ पाउंदे हो, तुसी हर वार बोलदे हो सच्चा पातशाह गुरु अर्जन देव जी, मेरी पीरी दे मालक गुरु हरगोबिंद जी, जां आपां कह लईए भी गुरु साहब दस पातशाहियां दे लई कहिंदे, तुसी सत्कारत शब्द वरतदे हो उहनां दे नाम दे नाल, कुछ ना कुछ सच्चा पातशाह, मेरी पीरी दे मालक जां कुछ ना कुछ ला के बोलदे हो, पर जदों गल आउंदी आ भगत कबीर दी, रविदास दी, परमानंद होना दी, सैन होना दी, उत्थे कहिंदे तुसी उहनां नूं सत्कार नाल नहीं बुलाउंदे गे, उत्थे उहनां नूं गुरु दे गुरु दी बराबरी नहीं दिंदे, की इह जटवाद तां नहीं हैगा किते, इहनां दा सवाल है जी। इत्थे निम्रता साहिब बेनती है, जे आपां गुरबाणी नूं चंगी तरह समझ लईए, पढ़ लईए, तां गल इह बन जांदी है कि गुरु साहिब ने खुद भगतां वास्ते जिहड़ा शब्द वरत्या गुरबाणी च सरलेख दे तौर ते, बाणी भगत कबीर जीओ की, बाणी भगत रविदास जीओ की, इसे तरह बाणी साधना जी की, ते भगतां दा नाम लिखिया होया जिवें आपां उस तरह उचारण करदे हां, साहिब शब्द बाद दे विच अपने प्रचलित हो गया, नहीं तां सारे गुरुआं नाल भी पुराने समयां च साहिब शब्द किते गुरबाणी च लिखिया होया नहीं मिलदा। परमात्मा वास्ते, रब वास्ते, जां कुदरत दा जो मालक है, जां कुदरत दे विच समाया होया है, जो सब तो वड्डी हस्ती प्रवान कीती जांदी है, उहदे वास्ते है कि साहिब मेरा एको है, एको है भाई, एको है, उहदे मुकाबले ते ना देव दानवा नरा, ना सिद्ध साधका धरा, असत एक दिगर कोई, एक तुई एक तुई, इह तां गुरबाणी च शब्द आउंदे ने कि साहिब तां साडा केवल इको ही है, पर इत्थे ਗੁਰੂਆਂ ਨੂੰ ਆਪਾਂ, ਮੈਂ ਜਿਵੇਂ ਇਹਨਾਂ ਨੇ ਥੋੜਾ ਜਿਹਾ ਵਧਾ ਕੇ ਗੱਲ ਮੈਨੂੰ ਲੱਗਦਾ ਆਖੀ ਹੈ, ਮੈਂ ਇਸ ਤਰ੍ਹਾਂ ਕਦੀ ਵੀ ਨਹੀਂ ਆਖਿਆ ਕਿ ਗੁਰੂ ਸਾਹਿਬ ਨੂੰ ਛੇਵੇਂ ਪਾਤਸ਼ਾਹ, ਮੀਰੀ ਪੀਰੀ ਦੇ ਮਾਲਕ ਜਾਂ ਬਹੁਤ ਵਧਾ ਚੜਾ ਕੇ ਨਾਮ ਲਿਆ ਹੋਵੇ। ਗੁਰਬਾਣੀ ਚ ਤਾਂ ਨਾਨਕ ਸ਼ਬਦ
केवल कवि शब्द के तौर पर जिथे शब्द मुकता है उथे आ किसी भी गुरु साहब के जो बाणी लिखी हुई है उथे साहब आदिक नहीं है केवल कवि शाप नानक आ जो बाणी उतो महला पहला महला दूजा महला तीजा अते महला नौवा आ कोई साहब शब्द नहीं है। ये बाद दे विच सत्कार दे नाल साडे प्रचारक शब्द जोड़ लैंदे ने ते इत्थे कारण इक ज्यादा यह बन जाता है गुरुआं ने प्रैक्टिकल तौर पर जंग युद्ध लड़े शहीदियां पाइया इन्हां दा इतिहास कुछ ज्यादा निखर के सामने आ गया स्टेजां ते इह इतिहास जिहड़ा कि सीधे तौर पर लंबे समय तक जंग लड़े गए ने हकूमत दे विरुद्ध अते पुजारी दे विरुद्ध ते ओह जिहड़ियां गल्लां उन्हां ने कम कीते सी उहदे कारण करके इन्हां दीआं कहानियां ज्यादा चल पईआं स्टेज दे उत्ते भगतां दीआं जिहड़ियां कीतीआं जो कारवाइयां सी कीते महान कार्य सी ओह इतिहास दे राहीं साडे कोले बहुते सामने नहीं आए बाणी उन्हां दी आ गई है पर इतिहास राहीं उन्हां दे कीते कम्मां दा बहुता वेरवा सानूं नहीं मिलता क्योंकि गुरु नानक साहब उन्हां दी बाणी दा उतारा तां करके लियाए पर उन्हां दा इतिहास लिख के ओह नहीं लिया सके ਉਹ ਪੰਜਾਬ ਦੇ ਵਿੱਚ ਬਾਅਦ ਦੇ ਵਿੱਚ ਜੋ ਕੁਝ ਆਇਆ ਹੌਲੀ ਹੌਲੀ ਉਹ ਪ੍ਰਚਲਿਤ ਹੋ ਗਿਆ। ਇੱਥੇ ਬੇਨਤੀ ਇਹ ਹੈ ਕਿ ਗੁਰਬਾਣੀ 'ਚ ਭਗਤਾਂ ਦਾ ਰੁਤਬਾ ਵੀ ਬਹੁਤ ਉੱਚਾ ਦੱਸਿਆ ਗਿਆ। ਭਗਤ ਕੋਈ ਛੋਟਾ ਰੁਤਬਾ ਨਹੀਂ ਹੈ ਜਿਵੇਂ ਆਉਂਦਾ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ ਕਹੈ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਇਹ ਤਾਂ ਭਗਤਾਂ ਨੂੰ ਤਾਂ ਬਹੁਤ ਮਹਾਨ ਯੋਧੇ ਸੂਰਮੇ ਆਖਿਆ ਬੋਲਣ ਲੱਗੇ ਆਪਾਂ ਸਟੇਜ ਦੇ ਉੱਤੇ ਜੇ ਬਾਬਾ ਨਾਨਕ ਜੀ ਵੀ ਕਹਿ ਦਈਏ ਤਾਂ ਕੋਈ ਇਹ ਬੁਰੀ ਗੱਲ ਨਹੀਂ ਹੈ ਕਬੀਰ ਜੀ ਕਹਿ ਦਈਏ ਤਾਂ ਕੋਈ ਬੁਰੀ ਗੱਲ ਨਹੀਂ ਹੈ ਜੇ ਕੋਈ ਇਦੋਂ ਵੱਧ ਸਤਿਕਾਰ ਨਾਲ ਨਾਮ ਲੈਣਾ ਚਾਹੁੰਦਾ ਹੈ ਮੁਬਾਰਕ ਹੈ ਤੇ ਉਹਨੂੰ ਰੋਕ ਕੋਈ ਨਹੀਂ ਹੈ। ਜੇ ਕੋਈ ਰਵਿਦਾਸ ਜੀ ਨੂੰ ਕਬੀਰ ਜੀ ਨੂੰ ਗੁਰੂ ਵੀ ਕਹਿਣਾ ਚਾਹੁੰਦਾ ਸਾਨੂੰ ਇਹਦੇ 'ਚ ਕੋਈ ਇਤਰਾਜ਼ ਨਹੀਂ ਹੈ ਪਰ ਗੁਰਬਾਣੀ 'ਚ ਇਹਨਾਂ ਨੂੰ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਜਿੱਥੇ ਇਹਨਾਂ ਦੀ ਬਾਣੀ ਸ਼ੁਰੂ ਹੁੰਦੀ ਹੈ ਉੱਥੇ ਸਿਰਲੇਖ ਦੇ ਤੌਰ ਤੇ ਭਗਤ ਸ਼ਬਦ ਲਿਖਿਆ ਹੋਇਆ ਹੈ ਤੇ ਅੱਗੇ ਜਿਹੜਾ ਕੋਈ ਹੋਰ ਵਿਸ਼ੇਸ਼ਣ ਲਾਣਾ ਚਾਹੁੰਦਾ ਹੈ ਉਹ ਉਹਨੂੰ ਮੁਬਾਰਕ ਹੈ। ਤੋ ਮੇਰੇ ਮਨ ਦੇ ਵਿੱਚ ਸਾਰੇ ਗੁਰੂ ਸਾਹਿਬਾਨਾਂ ਦਾ ਅਤੇ ਭਗਤ ਸਾਹਿਬਾਨਾਂ ਦਾ ਸਤਿਕਾਰ ਹੈ। ਇੱਕ ਥੋੜੀ ਜਿਹੀ ਇਹ ਗਲਤੀ ਹੋਰ ਵੀ ਦੂਰ ਕਰ ਲੈਣ ਆਪਣੀ, ਇਹਨਾਂ ਨੇ ਲਿਖਿਆ ਕਿ 36 ਮਹਾਂਪੁਰਖ ਨੇ ਗੁਰਬਾਣੀ 'ਚ, 36 ਨਹੀਂ ਹੈਗੇ 35 ਮਹਾਂਪੁਰਖ ਨੇ, 35ਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ 'ਚ ਤੇ 36ਵਾਂ ਗਲਤੀ ਦੇ ਨਾਲ ਕਿਸੇ ਨੇ ਭਾਈ ਮਰਦਾਨਾ ਜੀ ਦਾ ਸ਼ਬਦ ਇੱਕ ਬਣਾ ਲਿਆ ਗਿਆ ਜਦੋਂ ਕਿ ਉਹ ਸ਼ਬਦ ਮਰਦਾਨਾ ਜੀ ਦਾ ਨਹੀਂ ਹੈ, ਉਹ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ ਪਰ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਲਿਖਿਆ ਗਿਆ। ਤਾਂ 554 ਪੰਨੇ ਤੇ ਤੁਸੀਂ ਆਪ ਉਹਨੂੰ ਕਦੇ ਪੜ੍ਹ ਸਕਦੇ ਹੋ, ਵੇਖ ਸਕਦੇ ਹੋ ਤੇ ਉੱਥੇ ਮਰਦਾਨਾ ਮਹੱਲਾ ਪਹਿਲਾ ਹੋਣਾ ਚਾਹੀਦਾ ਸੀ ਪਰ ਕਿਸੇ ਉਤਾਰਾ ਕਰਨ ਵਾਲੇ ਤੋਂ ਮਹੱਲਾ ਸ਼ਬਦ ਉਤਾਰਾ ਕਰਨ ਵੇਲੇ ਕਿਤੇ ਮਿਸ ਹੋ ਗਿਆ। ਖੈਰ ਫਿਰ ਵੀ ਸਾਡੇ ਵਾਸਤੇ ਰਚੇਤਾ ਸਾਰੇ ਮਹਾਂਪੁਰਖ ਬਹੁਤ ਸਤਿਕਾਰਯੋਗ ਨੇ, ਉਹਨਾਂ ਨੂੰ ਮੁਬਾਰਕ ਹੈ ਜਿਹੜੇ ਹੋਰ ਵਾਧੂ ਵਿਸ਼ੇਸ਼ਣ ਲਾਣਾ ਚਾਹੁੰਦੇ ਨੇ। ਜ਼ਿਆਦਾ ਜ਼ਰੂਰੀ ਗੱਲ ਤਾਂ ਇਹ ਹੈ ਕਿ ਅਸੀਂ ਉਹਨਾਂ ਦੇ ਨਾਵਾਂ ਨੂੰ ਤਾਂ ਬਹੁਤ ਆਕਾਸ਼ ਚੜ੍ਹਾਉਣਾ ਚਾਹੁੰਦੇ ਹਾਂ, ਉਹਨਾਂ ਦੀ ਪੂਜਾ ਵੀ ਕਰਨਾ ਚਾਹੁੰਦੇ ਹਾਂ, ਉਹਨਾਂ ਨੂੰ ਵੱਡੇ ਵੀ ਦੱਸਣਾ ਚਾਹੁੰਦੇ ਹਾਂ, ਪਰ ਅਫਸੋਸ ਹੈ ਉਹਨਾਂ ਦੀ ਗੱਲ ਨਹੀਂ ਮੰਨਣਾ ਚਾਹੁੰਦੇ। ਜਿਹੜਾ ਕੁਛ ਉਹਨਾਂ ਨੇ ਸਾਨੂੰ ਸਮਝਾਇਆ ਬਾਣੀ ਦੇ ਰਾਹੀਂ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਨਹੀਂ ਕਰਨਾ ਚਾਹੁੰਦੇ, ਉਹਨਾਂ ਦੇ ਉਪਦੇਸ਼ਾਂ ਨੂੰ ਜ਼ਿੰਦਗੀ 'ਚ ਆਪਣੇ ਸਮਾਜ ਦੇ ਵਿੱਚ ਲਾਗੂ ਕਰਨਾ ਸਭ ਤੋਂ ਜ਼ਰੂਰੀ ਹੈ। ਹਾਂਜੀ ਬਿਲਕੁਲ ਜੀ ਪ੍ਰੋਫੈਸਰ ਸਾਹਿਬ, ਕੁਛ ਹੱਦ ਤੱਕ ਸਵਾਲ ਜਿਹੜੇ ਹੈਗੇ ਆ, ਵੈਸੇ ਵੀ ਪਿੰਡਾਂ ਦੇ ਵਿੱਚ ਗੱਲ ਵੀ ਚੱਲ ਪੈਂਦੀ ਜਦੋਂ ਚਾਰ ਨੌਜਵਾਨ ਬਹਿੰਦੇ ਆ, ਤਾਂ ਜਦੋਂ ਗੱਲ ਜ਼ੋਰ ਸ਼ੋਰ ਨਾਲ ਪ੍ਰਚਾਰ ਦੀ ਹੁੰਦੀ ਹੈ ਤਾਂ 10 ਗੁਰੂ ਸਾਹਿਬਾਨਾਂ ਦੇ ਜੀਵਨ ਦੀ ਗੱਲ ਵੱਧ ਹੁੰਦੀ ਹੈ। ਉਹਦੇ ਵਿੱਚ ਵੀ ਜੇ ਆਪਾਂ ਦੇਖੀਏ ਤਾਂ ਪਹਿਲੇ 5ਵੇਂ 6ਵੇਂ ਤੇ 10ਵੇਂ ਪਾਤਸ਼ਾਹ ਦੀ ਗੱਲ ਜ਼ਿਆਦਾ ਕੀਤੀ ਜਾਂਦੀ ਹੈ, ਦੂਜੀਆਂ ਪਾਤਸ਼ਾਹੀਆਂ ਦੀ ਗੱਲ ਘੱਟ ਕੀਤੀ ਜਾਂਦੀ ਹੈ। ਉਦੋਂ ਬਾਅਦ ਦੇਖੀਏ ਤਾਂ ਜਿਹੜੇ ਸਾਡੇ ਗੁਰਦੁਆਰੇ ਸਾਡੇ ਧਾਰਮਿਕ ਸਥਾਨ ਬਣਾਏ ਹੋਏ ਆ, ਚਾਹੇ ਵੱਡੇ ਆ ਚਾਹੇ ਛੋਟੇ ਆ, ਪਿੰਡਾਂ ਵਾਲੇ ਆ ਚਾਹੇ ਆਪਣੇ ਅਕਾਲ ਤਖ਼ਤ ਹੋ ਗਿਆ ਜਿੱਥੇ ਵੀ ਹੋ ਗਏ, ਉੱਥੇ ਭਗਤ ਸਾਹਿਬਾਨਾਂ ਦੀ ਗੱਲਬਾਤ ਨੂੰ ਤਰਜੀਹ ਬਹੁਤ ਘੱਟ ਦਿੱਤੀ ਜਾਂਦੀ ਹੈ, ਲੋਕਾਂ ਨੂੰ ਉਹ ਗੱਲ ਚੁਭਦੀ ਵੀ ਹੈ, ਉਹ ਜ਼ੋਰ ਸ਼ੋਰ ਲਾ ਕੇ ਉਹਨਾਂ ਦੀ ਗੱਲ ਕੀਤੀ ਵੀ ਨਹੀਂ ਜਾਂਦੀ ਗੀ। ਪਰ ਭਾਈ ਨਹੀਂ, ਕੋਈ ਫਰਕ ਨਹੀਂ ਹੈਗਾ, ਭਗਤ ਕਬੀਰ ਸਾਹਿਬ ਹੋਣੀ ਆ ਚਾਹੇ ਗੁਰੂ ਨਾਨਕ ਪਾਤਸ਼ਾਹ ਹੋਣੀ ਆ, ਨਾਂ ਦੇ ਨਾਲ ਗੁਰੂ ਉਹ ਚੱਲਣ ਦੇ ਵਿੱਚ ਆ ਗਿਆ, ਬੋਲੀ 'ਚ ਆ ਗਿਆ, ਬਸ ਉਵੇਂ ਬੋਲਿਆ ਜਾਂਦਾ। ਹਾਂਜੀ ਪ੍ਰੋਫੈਸਰ, ਅਗਲਾ ਸਵਾਲ ਹੈ ਜੀ 423 ਨੰਬਰ, ਬਲਜੀਤ ਕੌਰ ਮੋਹਾਲੀ, ਇਹਨਾਂ ਦਾ ਸਵਾਲ ਹੈ ਜੀ ਜਿਹੜੀਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਆ ਉਹਨਾਂ ਦੇ ਵਿੱਚ ਵਾਹਿਗੁਰੂ ਸ਼ਬਦ ਦੇ ਅਰਥ ਕੀਤੇ ਗਏ ਆ ਜਿਹਦੇ ਵਿੱਚ ਵਾਹਿਗੁਰੂ ਨੂੰ 4 ਭਾਗਾਂ ਦੇ ਵਿੱਚ ਵੰਡ ਕੇ ਵਾਵੇ ਤੋਂ ਵਾਮਦੇਵ
ਵਿਸ਼ਨੂੰ ਬਣਾ ਦਿੱਤਾ ਗਿਆ, ਹਾਹੇ ਤੋਂ ਹਰੀ ਤੇ ਰਾਰੇ ਤੋਂ ਰਾਮ ਤੇ ਗੱਗੇ ਤੋਂ ਗੋਬਿੰਦ। ਕਿ ਇਸੇ ਤਰੀਕੇ ਨਾਲ ਇਹ ਕਹਿੰਦੇ ਵਾਹਿਗੁਰੂ ਸ਼ਬਦ ਦੇ ਅਰਥ ਹੈਗੇ ਆ, ਜਾਂ ਵਾਹਿਗੁਰੂ ਸ਼ਬਦ ਨੂੰ ਕਿਸੇ ਹੋਰ ਅਰਥਾਂ ਦੇ ਵਿੱਚ ਲੈਣਾ ਚਾਹੀਦਾ? ਇੱਥੇ ਜੀ ਪਹਿਲੀ ਗੱਲ ਤਾਂ ਭਾਈ ਵੀਰ ਸਿੰਘ ਦਾ, ਮੈਂ ਭਾਈ ਗੁਰਦਾਸ ਦੀਆਂ ਵਾਰਾਂ ਦਾ ਟੀਕਾ ਪੜ੍ਹਿਆ, ਭਾਈ ਵੀਰ ਸਿੰਘ ਨੇ ਇਹ ਟਿੱਪਣੀ ਕੀਤੀ ਹੈ ਇਸ ਪੌੜੀ ਦੇ ਉੱਤੇ, ਜਿਹੜੀ ਕਿ ਪਹਿਲੀ ਵਾਰ ਦੀ 49 ਨੰਬਰ ਪੌੜੀ ਹੈ। ਭਾਈ ਵੀਰ ਸਿੰਘ ਕਹਿੰਦਾ ਇਹ ਜਿਹੜੀ ਹੈ ਰਚਨਾ ਇਹ ਮੈਨੂੰ ਮਿਲਾਵਟ ਲੱਗਦੀ ਹੈ, ਇਹ ਭਾਈ ਗੁਰਦਾਸ ਦੀ ਰਚਨਾ ਨਹੀਂ ਹੈ, ਭਾਈ ਵੀਰ ਸਿੰਘ ਦੀਆਂ ਰਚਨਾਵਾਂ ਚੋਂ ਮੈਂ ਪੜ੍ਹ ਚੁੱਕਿਆ, ਪਰ ਆਪਾਂ ਇਸ ਵਿੱਚ ਬਹਿਸ ਮੁਬਾਸੇ ਚ ਮੈਂ ਨਾ ਪਾਵਾਂ, ਪਰ ਮੈਨੂੰ ਜੋ ਸਮਝ ਆਈ ਆ ਮੈਂ ਤੁਹਾਨੂੰ ਦੂਜਾ ਪੱਖ ਦੱਸਣ ਲੱਗਿਆ। ਅਰਥ ਕਰਨ ਦੇ ਵਿੱਚ ਸਾਡੇ ਪ੍ਰਚਾਰਕਾਂ ਨੇ ਦਿਆਨਤਦਾਰੀ ਨਹੀਂ ਵਿਖਾਈ, ਕੀ ਕਰਦੇ ਨੇ ਕਿਸੇ ਇੱਕ ਜਾਂ ਦੋ ਪੰਕਤੀਆਂ ਨੂੰ ਪੜ੍ਹਦੇ ਨੇ, ਬਾਕੀ ਸਾਰਾ ਸ਼ਬਦ ਜਾਂ ਸਾਰੀ ਪੌੜੀ ਉਹ ਨਹੀਂ ਪੜ੍ਹਦੇ, ਜਿਹਦੇ ਕਾਰਨ ਕਰਕੇ ਜਿਹੜੇ ਸਰੋਤੇ ਨੇ ਉਹ ਗੁੰਮਰਾਹ ਹੋ ਜਾਂਦੇ ਨੇ, ਉਹਨਾਂ ਨੂੰ ਪੂਰੀ ਗੱਲ ਸਮਝ ਨਹੀਂ ਆਉਂਦੀ। ਹੁਣ ਇੱਥੇ ਮੈਂ ਤੁਹਾਨੂੰ ਦੱਸਣ ਲੱਗਿਆ ਹਿੰਦੂ ਸਮਾਜ ਦੇ ਵਿੱਚ ਜੋ ਪੁਰਾਤਨ ਪਰੰਪਰਾ ਚੱਲੀ ਆ ਰਹੀ ਸੀ ਉਹਦੇ ਵਿੱਚ ਵਿਸ਼ਨੂੰ ਨੂੰ ਬਹੁਤ ਵੱਡਾ ਕਰਕੇ ਗਿਣਿਆ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਸਤਯੁਗ ਦੇ ਵਿੱਚ ਸਤਯੁਗ ਸਤਗੁਰ ਵਾਸਦੇਵ ਵਾਹਵਾ ਵਿਸ਼ਨਾ ਨਾਮ ਜਪਾਵੈ, ਮੰਨਿਆ ਜਾਂਦਾ ਹੈ ਇਹਨਾਂ ਦੀਆਂ ਮਨੌਤਾਂ ਨੇ ਕਿ ਸਤਯੁਗ ਦੇ ਵਿੱਚ ਵਿਸ਼ਨੂੰ ਦਾ ਨਾਮ ਜਪਿਆ ਜਾਂਦਾ ਸੀ, ਉਹਨੂੰ ਸਤਯੁਗ ਦਾ ਵੱਡਾ ਅਵਤਾਰ ਸਭ ਤੋਂ ਪ੍ਰਵਾਨ ਕੀਤਾ ਜਾਂਦਾ ਸੀ। ਦੁਆਪਰ ਸਤਗੁਰ ਹਰੀ ਕ੍ਰਿਸ਼ਨ ਹਾ ਹਾ ਹਰ ਹਰ ਨਾਮ ਜਪਾਵ, ਦੁਆਪਰ ਦੇ ਵਿੱਚ ਕਹਿੰਦੇ ਕ੍ਰਿਸ਼ਨ ਜੀ ਆਵਾਜ਼ ਬੰਦ ਹੋ ਗਈ ਹੈ ਜੀ, ਸਾਡੇ ਕੋਲੇ ਆਵਾਜ਼ ਨਹੀਂ ਆ ਰਹੀ ਆਪ ਜੀ ਦੀ। ਹੁਣ ਚੱਲ ਪਈ ਹੋਣੀ ਹੈ। ਹਾਂਜੀ ਹਾਂਜੀ ਹੁਣ ਠੀਕ ਹੈ, ਤੁਹਾਡੀ ਗੱਲ ਜਿਹੜੀ ਸੀਗੀ ਉਹ ਵਿੱਚੋਂ ਰਹਿ ਗਈ ਸੀ, ਮੈਂ ਕਿਹਾ ਸ਼ਾਇਦ ਨੈਟਵਰਕ ਪ੍ਰੋਬਲਮ ਹੋਣੀ, ਕੋਈ ਨੀ ਜੀ ਕਰੋ ਕੰਟੀਨਿਊ। ਠੀਕ ਹੈ, ਤ੍ਰੇਤੇ ਵਾਲੀ ਗੱਲ ਆਪਾਂ ਦੁਬਾਰਾ ਲੈਣ ਪੜ੍ਹਦੇ ਨੇ ਆ। ਤ੍ਰੇਤੇ ਸਤਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੈ, ਤ੍ਰੇਤੇ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਰਾਮ ਚੰਦਰ ਤ੍ਰੇਤੇ ਦਾ ਅਵਤਾਰ ਸੀ ਤੇ ਲੋਕੀ ਉਹਦਾ ਨਾਮ ਜਪਦੇ ਸੀ। ਤੇ ਇੱਥੇ ਹੁਣ ਅੱਗੇ ਗੱਲ ਸਪਸ਼ਟ ਹੋਣ ਲੱਗੀ ਹੈ ਜਿਹੜੀ ਕਿ ਜ਼ਰੂਰੀ ਹੁੰਦੀ ਹੈ ਹਰੇਕ ਪ੍ਰਚਾਰਕ ਵਾਸਤੇ ਗੱਲ ਕਲੀਅਰ ਕਰਨੀ। ਕਲਯੁਗ ਨਾਨਕ ਗੁਰ ਗੋਬਿੰਦ ਗੱਗਾ ਗੋਬਿੰਦ ਨਾਮ ਜਪਾਵੈ, ਕਲਯੁਗ ਦਾ ਸਮਾਂ ਜਿਹੜਾ ਆ ਗਿਆ, ਕਲਯੁਗ ਦਾ ਹੋਰ ਦੇਵੀ ਦੇਵਤਾ ਪੀਰ ਅਵਤਾਰ ਹਿੰਦੂ ਸਮਾਜ ਦੇ ਵਿੱਚ ਕੋਈ ਨਹੀਂ ਹੈ। ਤੇ ਇੱਥੇ ਭਾਈ ਗੁਰਦਾਸ ਜੀ ਕਹਿ ਰਹੇ ਨੇ ਇਹ ਤਾਂ ਭਾਈ ਕਲਯੁਗ ਤਾਂ ਖਾਲੀ ਪਿਆ ਸੀ, ਇੱਥਾਂ ਗੋਬਿੰਦ ਦਾ ਰੂਪ ਸਾਡੇ ਵਾਸਤੇ, ਅਸੀਂ ਮੰਨਦੇ ਹਾਂ ਕਿ ਰੱਬ ਦਾ ਹੀ ਰੂਪ ਹੈ ਕਿ ਉਹ ਗੁਰੂ ਨਾਨਕ ਆ ਗਿਆ ਸਾਡੇ ਕੋਲੇ। ਫਿਰ ਇੱਥੇ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਨੇ ਚਾਰੇ ਜਾਗੇ ਚੌ ਜੁਗੀ ਪੰਚਾਇਣ ਵਿੱਚ ਜਾਏ ਸਮਾਵੈ, ਮਾਨੋ ਇਹ ਇੱਕ ਪੰਜਾਂ ਤੱਤਾਂ ਦਾ ਇੱਕ ਪੰਚਾਇਤ ਰੂਪ ਚ ਬਣ ਕੇ ਗੁਰੂ ਨਾਨਕ ਸਾਡੇ ਸਾਹਮਣੇ ਆ ਗਿਆ, ਭਾਵ ਉਹ ਸਾਰੇ ਵੀ ਆਪਣੇ ਵਿੱਚ ਸਮਾਲੇ ਤੇ ਆਪਣੀ ਸੱਤਿਆ ਆਪਣੀ ਤਾਕਤ ਜੋ ਗਿਆਨ ਸੀ ਗੁਰੂ ਨਾਨਕ ਸਾਹਿਬ ਕੋਲੇ ਉਹ ਵੀ ਉਹਨਾਂ ਨੇ ਪ੍ਰਗਟ ਕਰ ਦਿੱਤਾ। ਉਹ ਬੀਤੇ ਦੀਆਂ ਗੱਲਾਂ ਨੇ ਪੁਰਾਣੀਆਂ ਨੇ, ਅੱਜ ਗੁਰੂ ਨਾਨਕ ਸਾਹਿਬ ਆ ਗਏ ਨੇ ਸਾਰਿਆਂ ਦੀ ਤਾਕਤ ਲੈ ਕੇ। ਫਿਰ ਚਾਰੋ ਅੱਛਰ ਇੱਕ ਕਰ, ਇਹਨਾਂ ਚਾਰਾਂ ਨੂੰ ਇੱਕ ਕਰਕੇ ਵਾਹਿਗੁਰੂ ਜਪ ਮੰਤਰ ਜਪਾਵੈ, ਇਹਨਾਂ ਨੂੰ ਫਿਰ ਕੀ ਕੀਤਾ, ਵਾਹ ਬਲਿਹਾਰ ਜਾਵਾਂ। ਇੱਥੇ ਵਾਹਿਗੁਰੂ ਜਪਣ ਦੀ ਗੱਲ ਨਹੀਂ ਹੈ, ਮੰਤਰ ਤਾਂ ਮੈਂ ਤੁਹਾਨੂੰ ਹੋਰ ਵੀ ਕਈਆਂ ਥਾਵਾਂ ਤੇ ਦੱਸ ਦੇਵਾਂਗਾ ਕਿ ਸੁਣੀ ਪਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਇੱਥੇ ਤਾਂ ਕਲਯੁਗ ਬਾਬੇ ਤਾਰਿਆ ਸਤ ਨਾਮ ਪੜ ਮੰਤਰ ਸੁਣਾਇਆ, ਸਤਨਾਮ ਮੰਤਰ ਵੀ ਆਖੇ ਹੈ ਭਾਈ ਗੁਰਦਾਸ ਨੇ, ਤੇ ਇੱਥੇ ਵਾਹਿਗੁਰੂ ਵੀ ਕਹਿ ਦਿੱਤਾ, ਭਾਵ ਕਿ ਅਸੀਂ ਗੁਰੂ ਤੋਂ ਬਲਿਹਾਰ ਜਾਂਦੇ ਹਾਂ ਕੁਰਬਾਨ ਜਾਂਦੇ ਹਾਂ, ਸਾਡੇ ਵਾਸਤੇ ਰੱਬੀ ਨਿਯਮ ਰੱਬੀ ਕਾਨੂੰਨ ਉਹ ਸੱਤਿਆ ਜਿਹਨੇ ਇਹ ਸਾਰਾ ਕੁਝ ਬਣਾ ਦਿੱਤਾ ਵਿੱਚ ਸਮਾ ਗਿਆ, ਅਸੀਂ ਉਹਦੇ ਕੁਰਬਾਨ ਜਾਂਦੇ ਹਾਂ। ਚਾਰੋ ਅੱਖਰ ਇੱਕ ਕਰ ਵਾਹਿਗੁਰੂ ਜਪ ਮੰਤਰ ਜਪਾਵੈ, ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ। ਆਹ ਹੋਈ ਸਿਰੇ ਦੀ ਗੱਲ ਕਿ ਜਿੱਥੋਂ ਇਹ ਸੱਤਿਆ ਇਹ ਸ਼ਕਤੀ ਪੈਦਾ ਹੁੰਦੀ ਹੈ ਫਿਰ ਉਸੇ ਦੇ ਵਿੱਚ ਸਮਾ ਜਾਂਦੀ ਹੈ, ਨਾ ਬਾਹਰੋਂ ਕਿਤੋਂ ਕੋਈ ਆਉਂਦਾ ਨਾ ਬਾਹਰ ਕਿਤੇ ਕੋਈ ਜਾਂਦਾ। ਇਹ ਪੁਰਾਤਨ ਮਨੌਤਾਂ ਸਨ ਜੁੱਗਾਂ ਵਾਲਿਆਂ ਦੀਆਂ ਘੜੀਆਂ ਹੋਈਆਂ। ਭਾਈ ਗੁਰਦਾਸ ਨੇ ਤਾਂ ਸਗੋਂ ਆਖਰੀ ਪੰਕਤੀ ਦੇ ਵਿੱਚ ਇਹਨਾਂ ਨੂੰ ਰੱਦ ਕੀਤਾ, ਪਰ ਸਾਡੇ ਪ੍ਰਚਾਰਕਾਂ ਨੇ ਆਖਰੀ ਪੰਕਤੀ ਲੁਕੋ ਲਈ ਤੇ ਵਿਚਕਾਰਲੀਆਂ ਉਹ ਸਾਰੀਆਂ ਉਭਾਰ ਦਿੱਤੀਆਂ ਤੇ ਚਾਰੇ ਦੇਵੀ ਦੇਵਤਿਆਂ ਨਾਲ ਜੋੜ ਕੇ ਸਿੱਖਾਂ ਨੂੰ ਉਹਨਾਂ ਦੇ ਮਗਰ ਲਾ ਦਿੱਤਾ। ਦੇਖੋ ਜੀ ਭਾਈ ਗੁਰਦਾਸ ਨੇ ਤਾਂ ਲਿਖਿਆ ਹੋਇਆ ਹੈ ਕਿ ਤੁਸੀਂ ਵੀ ਵਾਹਿਗੁਰੂ ਮੰਤਰ ਜਪਿਆ ਕਰੋ, ਸੋ ਇਹੋ ਜਿਹੀ ਕੋਈ ਗੱਲ ਨਹੀਂ ਹੈ। ਇਹ ਸਾਡੀ ਸਮਝਣ ਦੇ ਵਿੱਚ ਫਰਕ ਹੈ, ਅੱਗੇ ਤੋਂ ਆਪਾਂ ਥੋੜੀ ਜਿਹੀ ਸਾਵਧਾਨੀ ਵਰਤੀਏ ਕਿ
ਅਸੀਂ ਜਦੋਂ ਵੀ ਕੋਈ ਪੰਕਤੀ ਪੜ੍ਹਨੀ ਹੈ ਤਾਂ ਉਹ ਸਾਰਾ ਸ਼ਬਦ ਪੜ੍ਹੀਏ, ਇੱਕ ਦੋ ਪੰਕਤੀਆਂ ਨਾਲ ਅਰਥ ਪੂਰੇ ਨਹੀਂ ਹੁੰਦੇ। ਜੀ ਜੀ ਅਗਲਾ ਸਵਾਲ ਪ੍ਰੋਫੈਸਰ ਸਾਹਿਬ ਜੀ, 424 ਨੰਬਰ, ਜਗਤਾਰ ਸਿੰਘ, ਦਪਾਲਪੁਰ, ਮਿਰਜਾ, ਬਠਿੰਡਾ, ਇਹਨਾਂ ਦਾ ਸਵਾਲ ਹੈ ਜੀ ਕਿ ਸਵਾਤੀ ਬੂੰਦ ਹੁੰਦੀ ਹੈ, ਕੀ ਸਵਾਤੀ ਬੂੰਦ ਵਾਸਤਵ ਦੇ ਵਿੱਚ ਹੁੰਦੀ ਹੈ? ਇਹ ਕਹਿੰਦੇ ਸਾਡੇ ਪਿੰਡ ਦੇ ਵਿੱਚ ਕਿਸੇ ਨੇ ਕਥਾ ਕਰਦਿਆਂ, ਸ਼ਾਇਦ ਇਹਨਾਂ ਦੇ ਗ੍ਰੰਥੀ ਸਿੰਘ ਨੇ ਕੀਤੀ ਹੈ, ਜਾਂ ਕਿਸੇ ਨੇ ਕਥਾ ਕਰਦੇ ਹੋਏ ਸਵਾਤੀ ਬੂੰਦ ਦੇ ਅਰਥ ਕੀਤੇ ਆ। ਕਹਿੰਦੇ ਜਿਹੜੀ ਸਵਾਤੀ ਬੂੰਦ ਹੈਗੀ ਆ, ਜੇ ਉਹ ਬਬੀਹੇ ਦੇ ਮੂੰਹ ਦੇ ਵਿੱਚ ਪੈ ਜਾਵੇ ਤਾਂ ਉਹਦੀ ਪਿਆਸ ਬੁੱਝ ਜਾਂਦੀ ਹੈ, ਅਗਰ ਜੇ ਉਹ ਗਿੱਦੜ ਦੇ ਮੂੰਹ ਪੈ ਜਾਏ ਤਾਂ ਉਹ ਕਹਿੰਦੇ ਹਲਕ ਜਾਂਦਾ, ਔਰ ਜੇ ਮਨੁੱਖ ਦੇ ਮੂੰਹ ਵਿੱਚ ਪੈ ਜਾਏ ਤਾਂ ਉਹ ਬ੍ਰਹਮ ਗਿਆਨੀ ਬਣ ਜਾਂਦਾ। ਕੀ ਹੁੰਦੀ ਹੈ ਜੀ ਇਹ ਸਵਾਤੀ ਬੂੰਦ, ਕੀ ਅਰਥ ਹੈਗੇ ਇਹਦੇ? ਆਪਾਂ ਨਾ ਜੀ ਜਦੋਂ ਗੁਰਬਾਣੀ ਪੜ੍ਹੀਏ, ਮੈਂ ਬਹੁਤ ਇਹੋ ਜਿਹੇ ਸ਼ਬਦ ਇਕੱਠੇ ਕੀਤੇ ਨੇ, ਕਿਉਂਕਿ ਮਨ ਚ ਸ਼ੰਕਾ ਬਹੁਤ ਮੇਰੇ ਵੀ ਪੈਦਾ ਹੁੰਦੇ ਸੀ ਕਿ ਇਹ ਗੱਲ ਇਸ ਤਰ੍ਹਾਂ ਕਿਉਂ ਹੋਊਗੀ, ਤੇ ਦੂਜਿਆਂ ਵੱਲੋਂ ਵੀ ਸਵਾਲ ਆਉਂਦੇ ਸੀ, ਉਹਨਾਂ ਦੇ ਜਵਾਬ ਦੇਣ ਵਾਸਤੇ ਤਿਆਰੀ ਕਰਨੀ ਪੈਂਦੀ ਸੀ, ਕਿਤਾਬਾਂ ਲਿਖਣ ਵਾਸਤੇ ਜਾਂ ਸਟੇਜ ਤੇ ਬੋਲਣ ਵਾਸਤੇ ਵੀ ਤਿਆਰੀ ਜ਼ਰੂਰੀ ਹੈ, ਤੇ ਬੋਲਣ ਤੋਂ ਜਾਂ ਲਿਖਣ ਤੋਂ ਬਾਅਦ ਲੋਕਾਂ ਦੇ ਅੱਗੇ ਜਵਾਬਦੇਹ ਹੋਣਾ ਵੀ ਜ਼ਰੂਰੀ ਹੁੰਦਾ। ਤੋ ਇਸ ਤਰ੍ਹਾਂ ਮੈਂ ਬਹੁਤ ਸਾਰਾ ਮੈਟਰ ਪੜ੍ਹਦਿਆਂ ਹੋਇਆਂ ਜਦੋਂ ਇਹ ਚੀਜ਼ਾਂ ਸਾਹਮਣੇ ਆਈਆਂ, ਤੁਹਾਨੂੰ ਮੈਂ ਇੱਕੋ ਗੱਲ ਅੰਮ੍ਰਿਤ ਸ਼ਬਦ ਤੁਹਾਡੇ ਸਾਹਮਣੇ ਰੱਖਣ ਲੱਗੇ ਹਾਂ। ਸਵਾਤੀ ਬੂੰਦ ਅਸਲ ਦੇ ਵਿੱਚ ਇਹ ਇੱਕ ਜਿਹੜੀ ਬਹੁਤ ਸਾਡੇ ਵਾਸਤੇ ਜ਼ਿੰਦਗੀ ਦਾ ਮਹੱਤਵਪੂਰਨ ਕੋਈ ਚੀਜ਼ ਹੋਵੇ ਉਹਨੂੰ ਸਵਾਤੀ ਬੂੰਦ ਕਹਿ ਦਿੰਦੇ ਨੇ। ਇਹਨੂੰ ਇੱਕ ਪਾਣੀ ਦਾ ਤੁਬਕਾ ਵੀ ਪਪੀਹੇ ਦੇ ਜਦੋਂ ਪਿਆਸਾ ਹੈ ਮੂੰਹ ਚ ਪੈ ਜਾਵੇ ਉਹਦਾ ਜੀਵਨ ਚੱਲ ਪਿਆ, ਭਾਵ ਉਹ ਮੌਤ ਹੋਣ ਤੋਂ ਬਚ ਗਈ, ਤੇ ਉਹ ਉਹਨੂੰ ਸਵਾਤੀ ਬੂੰਦ ਹੈ, ਭਾਵ ਕਿ ਉਹਦੇ ਸਵਾਸ ਚੱਲ ਪਏ। ਤੇ ਇਸ ਤਰ੍ਹਾਂ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਝਿਮ ਝਿਮ ਵਰਸਾ ਹੈ ਅੰਮ੍ਰਿਤ ਧਾਰਾ, ਹੁਣ ਮੀਂਹ ਨੂੰ ਇੱਥੇ ਅੰਮ੍ਰਿਤ ਆਖਿਆ ਗਿਆ। ਤੇ ਇਸੇ ਤਰ੍ਹਾਂ ਸੋਇਨ ਕਟੋਰੀ ਅੰਮ੍ਰਿਤ ਭਰੀ, ਲੇ ਨਾਮੈ ਹਰ ਆਗੈ ਧਰੀ, ਨਾਮਦੇਵ ਜੀ ਨੇ ਕਹਿੰਦੇ ਨੇ ਦੁੱਧ ਦੀ ਕਟੋਰੀ ਭਰ ਲਈ ਤੇ ਰੱਬ ਅੱਗੇ ਧਰ ਦਿੱਤੀ, ਭਾਵ ਇਹ ਅਲੰਕਾਰਕ ਭਾਸ਼ਾ ਹੈ, ਇੱਥੇ ਦੁੱਧ ਨੂੰ ਅੰਮ੍ਰਿਤ ਆਖਿਆ ਗਿਆ। ਇਸੇ ਤਰ੍ਹਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ, ਜਿਹੜੀ ਕਿ ਬਾਣੀ ਅਸੀਂ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹਨੂੰ ਬਾਣੀ ਨੂੰ ਵੀ ਅੰਮ੍ਰਿਤ ਆਖਿਆ ਗਿਆ। ਇਸੇ ਤਰ੍ਹਾਂ ਸਾਡੇ ਮਿੱਠੇ ਬਚਨਾਂ ਨੂੰ ਵੀ ਅੰਮ੍ਰਿਤ ਆਖਿਆ ਗਿਆ, ਇਸ ਦੇਹੀ ਨੂੰ ਵੀ ਜੇ ਚੰਗੇ ਕੰਮ ਕਰਦੀ ਹੈ ਤਾਂ ਅੰਮ੍ਰਿਤ ਵਰਗੀ ਆਖਿਆ ਗਿਆ। ਗੱਲ ਕੀ, ਜਿਹੜੀ ਚੰਗੀ ਚੀਜ਼ ਹੈ ਉਹਦੀ ਪ੍ਰਸ਼ੰਸਾ ਵਾਸਤੇ ਗੁਰਬਾਣੀ ਚ ਵੀ ਅਤੇ ਸਾਡੀ ਆਮ ਬੋਲ ਚਾਲ ਦੇ ਵਿੱਚ ਵੀ ਆਪਾਂ ਚੰਗੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ। ਪ੍ਰੈਕਟੀਕਲ ਤੌਰ ਤੇ ਜਿਵੇਂ ਬਿਆਨ ਕੀਤਾ ਕਿਸੇ ਕਥਾਵਾਚਕ ਨੇ, ਉਸ ਤਰ੍ਹਾਂ ਦੀ ਕੋਈ ਸਵਾਤੀ ਬੂੰਦ ਨਹੀਂ ਹੁੰਦੀ ਕਿਤੇ ਵੀ। ਤੇ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘਾ ਨੂੰ ਫਰਮਾਨ ਹੋਆ ਪਰਸੋ ਕਿਰਪਾ ਧਾਰ, ਇਹ ਪੰਕਤੀਆਂ ਤਾਂ ਫਿਰ ਇਹ ਹੋਊਗਾ ਕਿ ਬਬੀਹੇ ਨੇ ਅੰਮ੍ਰਿਤ ਵੇਲੇ ਰੱਬ ਕੋਲ ਪੁਕਾਰ ਕੀਤੀ ਤੇ ਰੱਬ ਨੇ ਬਬੀਹੇ ਦੀ ਪੁਕਾਰ ਸੁਣ ਕੇ ਫਿਰ ਬੱਦਲ ਭੇਜੇ ਤੇ ਫਿਰ ਮੀਂਹ ਪਿਆ ਤੇ ਉਹਨੇ ਵਿਚਾਰੇ ਨੇ ਤਾਂ ਪਾਣੀ ਪੀਤਾ। ਤੇ ਇੱਕ ਪਾਸੇ ਤਾਂ ਸਵਾਤੀ ਬੂੰਦ ਵੀ ਪਈ ਜਾਂਦੇ ਨੇ, ਇੱਕ ਪਾਸੇ ਮੀਂਹ ਦਾ ਪਾਣੀ ਵੀ ਪਈ ਜਾਂਦੇ ਨੇ। ਇਹ ਕਹਾਣੀਆਂ ਕੇਵਲ ਇਸ ਤਰ੍ਹਾਂ ਨੇ, ਅਲੰਕਾਰਕ ਭਾਸ਼ਾ ਇਹਨੂੰ ਕਹਿੰਦੇ ਨੇ। ਜਿਵੇਂ ਕੋਈ ਬੰਦਾ ਕਹਿ ਦੇਵੇ ਕਿ ਮੈਂ ਤਾਂ ਆਹ ਕੰਮ ਕਰ ਦੂੰਗਾ ਉਹ ਕਰ ਦੂੰਗਾ, ਡੀਂਗਾ ਮਾਰ ਰਿਹਾ ਹੋਵੇ ਤਾਂ ਦੂਜਾ ਉਹਦੀ ਔਕਾਤ ਨੂੰ ਜਦੋਂ ਜਾਣਦਾ ਉਹ ਕਹਿ ਦੂਗਾ ਉਹ ਕਾਹਨੂੰ ਆਕਾਸ਼ ਨੂੰ ਟਾਕੀਆਂ ਲਾਈ ਜਾਂਦਾ ਭਾਈ ਟਿੱਕ ਕੇ ਬਹਿ ਜਾ, ਭਾਵ ਕਿ ਇਹ ਝੂਠੀ ਗੱਲ ਹੈ, ਤੇਰੀ ਤੂੰ ਏਡਾ ਵੱਡਾ ਕੰਮ ਨਹੀਂ ਕਰ ਸਕਦਾ, ਉਹ ਕਾਹਨੂੰ ਤਾਰੇ ਤੋੜੀ ਜਾਂਦਾ ਐਵੇਂ, ਹਾਲਾਂਕਿ ਤਾਰੇ ਤੋੜਨ ਵਾਲੀ ਕੋਈ ਚੀਜ਼ ਤਾਂ ਹੈ ਨੀ। ਇਹ ਉਹਨੂੰ ਨੀਵਾਂ ਦਿਖਾਉਣ ਦੱਸਿਆ ਜਾਂਦਾ ਕਿ ਤੇਰੀ ਹੈਸੀਅਤ ਇੰਨੀ ਨਹੀਂ ਹੈ, ਤੂੰ ਆਕਾਸ਼ ਨੂੰ ਟਾਕੀਆਂ ਨਾ ਲਾ, ਟਪੂਸੀਆਂ ਨਾ ਮਾਰ, ਤਾਰੇ ਨਾ ਤੋੜ, ਤੂੰ ਇਹ ਕੰਮ ਨਹੀਂ ਕਰ ਸਕਦਾ। ਤੇ ਰਹੀ ਗੱਲ ਜਿਹੜੀ ਸਵਾਤੀ ਬੂੰਦ ਜਦੋਂ ਗਿੱਦੜ ਦੇ ਮੂੰਹ ਚ ਪੈ ਜਾਵੇ ਉਹ ਹਲਕ ਜਾਂਦਾ, ਪਾਣੀ ਐ ਸਾਰਿਆਂ ਵਾਸਤੇ ਹੀ ਸਵਾਤੀ ਬੂੰਦ ਹੈ, ਉਹ ਗਿੱਦੜ ਦੇ ਮੂੰਹ ਜਾ ਕੇ ਹੋਰ ਕੁਝ ਵੀ ਨਹੀਂ ਬਣਦਾ। ਗੱਲ ਤਾਂ ਇਹ ਹੈ ਕਿ ਇੱਕ ਬੰਦਾ ਆਪਣੇ ਗਿਆਨ ਨੂੰ ਅਕਲ ਨੂੰ ਲੋਕਾਂ ਦੇ ਭਲੇ ਵਾਸਤੇ ਵਰਤਦਾ ਹੈ ਉਹ ਅੰਮ੍ਰਿਤ ਬਣ ਜਾਂਦਾ, ਇੱਕ ਬੰਦਾ ਆਪਣੀ ਅਕਲ ਨੂੰ ਦੂਜਿਆਂ ਨੂੰ ਬਰਬਾਦ ਕਰਨ ਵਾਸਤੇ ਵਰਤਦਾ ਹੈ ਤੇ ਉਹ ਜ਼ਹਿਰ ਬਣ ਜਾਂਦਾ। ਤੇ ਇਸ ਤਰ੍ਹਾਂ ਸਾਡੀ ਅਕਲ ਦੀ ਵਰਤੋਂ, ਸਾਡੇ ਗਿਆਨ ਦੀ ਵਰਤੋਂ ਚੰਗੇ ਅਤੇ ਮਾੜੇ ਕੰਮਾਂ ਵਾਸਤੇ ਸਾਨੂੰ ਸੁਝਾਉ ਦਿੱਤੇ ਗਏ ਨੇ ਕਿ ਜੇ ਤੇਰੇ ਗਿੱਦੜ ਵਰਗੀ ਮੱਤ ਕੋਲੇ ਉਹੀ ਚੀਜ਼ ਆ ਜਾਵੇ ਤਾਂ ਤੂੰ ਉਹਦਾ ਫਾਇਦਾ ਨਹੀਂ ਉਠਾਵੇਂਗਾ, ਨੁਕਸਾਨ ਕਰੇਗਾ ਲੋਕਾਂ ਦਾ। ਐਂ ਸਮਝ ਲਓ ਮੇਰੇ ਵਰਗੇ ਕੋਲੇ ਮੂਰਖ ਬੰਦੇ ਦੇ ਹੱਥ ਚਾਕੂ ਆ ਗਿਆ, ਉਹ ਕਿਸੇ ਦਾ ਗਲਾ ਵੱਢ ਦੇਵੇਗਾ ਚਾਕੂ ਨਾਲ, ਪਰ ਉਹ ਚਾਕੂ ਵਰਗਾ ਤਿੱਖਾ ਅਸਤਰ ਸ਼ਸਤਰ ਜੇ ਡਾਕਟਰ ਕੋਲੇ ਆ ਗਿਆ ਉਹ ਇਲਾਜ ਕਰੇਗਾ, ਓਪਰੇਸ਼ਨ ਕਰੇਗਾ। ਤੋ ਇਹ ਚਾਕੂ ਇੱਕੋ ਹੀ ਤਰ੍ਹਾਂ ਦਾ ਹੈ ਲਗਭਗ, ਪਰ ਉਹਦੀ ਵਰਤੋਂ ਕਰਨ ਦੇ ਢੰਗਾਂ ਦਾ ਫਰਕ ਹੈ। ਇਸੇ ਤਰ੍ਹਾਂ ਜੇ ਕਿਤੇ ਕਹਿੰਦੇ ਬ੍ਰਹਮ ਗਿਆਨੀ ਦੇ ਮੂੰਹ ਚ ਸਵਾਤੀ ਬੂੰਦ ਪੈ ਜਾਵੇ ਉਹ ਬੰਦੇ ਦੇ ਮੂੰਹ ਚ ਪੈ ਜਾਵੇ ਬ੍ਰਹਮ ਗਿਆਨੀ ਬਣ ਜਾਂਦਾ, ਤਾਂ ਜੇ ਇਉਂ ਸਵਾਤੀ ਨਾਲ ਬ੍ਰਹਮ ਗਿਆਨੀ ਬਣਦੇ ਹੁੰਦੇ
ਤਾਂ ਬਰਮ ਗਿਆਨੀਆਂ ਨੂੰ ਖੂਹ ਪੁੱਟ ਕੇ ਲਾ ਦੇਣੇ ਚਾਹੀਦੇ ਸੀ, ਸਾਰੇ ਲੋਕਾਂ ਨੂੰ ਸਵਾਤੀ ਬੂੰਦ ਪਿਆ ਦੇਣੀ ਚਾਹੀਦੀ ਸੀ, ਗੁਰਬਾਣੀ ਦੀ ਤਾਂ ਫਿਰ ਪੈਣੀ। ਏਡੀਆਂ ਵੱਡੀਆਂ ਗੱਪਾਂ ਇਹ ਲੋਕਾਂ ਨੇ ਸਟੇਜਾਂ ਤੇ ਛੱਡੀਆਂ ਨੇ ਤੇ ਸਾਡੇ ਭੋਲੇ ਭਾਲੇ ਲੋਕ ਨੀਵੀਆਂ ਪਾ ਕੇ ਵਿਚਾਰੇ ਸੁਣੀ ਜਾਂਦੇ ਨੇ। ਸਾਡੇ ਵਾਸਤੇ ਸਵਾਤੀ ਬੂੰਦ ਹੈ ਗਿਆਨ, ਅਕਲ ਤੇ ਚੰਗੇ ਕੰਮ ਕਰਨਾ, ਚੰਗਾ ਜੀਵਨ ਬਣਾਉਣਾ, ਸਮਾਜ ਦਾ ਭਲਾ ਕਰਨਾ, ਸਾਡੇ ਵਾਸਤੇ ਇਹ ਸਵਾਤੀ ਬੂੰਦ ਹੈ, ਨਾ ਕਿ ਕਿਤੋਂ ਆਕਾਸ਼ ਤੋਂ ਆਉਣ ਵਾਲੀ ਸਵਾਤੀ ਬੂੰਦ। ਇਹ ਨਹੀਂ ਹੈ, ਇਹ ਸਾਰਾ ਝੂਠ ਮਾਰਿਆ ਜਾ ਰਿਹਾ। ਪ੍ਰੋਫੈਸਰ ਸਾਹਿਬ, ਸਵਾਤੀ ਬੂੰਦ ਦਾ ਤਾਂ ਫਿਰ ਵੀ ਠੀਕ ਹੈ, ਚਲੋ ਮੈਂ ਕਹਿੰਦਾ ਉਹ ਲੈਵਲ ਤੋਂ ਠੀਕ ਹੈ, ਵੈਸੇ ਤਾਂ ਠੀਕ ਨਹੀਂ ਹੈਗੀ ਗੱਲ, ਕਿਉਂਕਿ ਇਹ ਜਿਹੜੀ ਹੈਗੀ ਅਨਪ੍ਰੈਕਟੀਕਲ ਗੱਲ ਹੈ, ਵੀ ਐਂ ਹੋ ਨਹੀਂ ਸਕਦਾ ਗੱਲ। ਪਰ ਇਦੋਂ ਵੀ ਤਕੜੀਆਂ ਤਕੜੀਆਂ ਗੱਪਾਂ ਜਿਹੜੀਆਂ ਮਾਰੀਆਂ ਗਈਆਂ ਹੈ। ਬ੍ਰਹਮ ਗਿਆਨੀ ਤਾਂ ਉਹ ਕਹਿੰਦੇ ਮੂੰਹ ਦੇ ਵਿੱਚ ਥੁੱਕ ਪਾ ਕੇ, ਇੱਕ ਬ੍ਰਹਮ ਗਿਆਨੀ ਆਪਣੇ ਚੇਲੇ ਦੇ ਮੂੰਹ ਚ ਥੁੱਕ ਪਾ ਦਿੰਦਾ ਹੁੰਦਾ ਸੀਗਾ, ਉਹਦਾ ਥੁੱਕ ਉਹ ਗਿੱਟ ਜਾਂਦਾ ਸੀ ਤੇ ਬ੍ਰਹਮ ਗਿਆਨੀ ਬਣ ਜਾਂਦਾ ਸੀਗਾ। ਸੁਣੋ ਤੇ ਉਹ ਇੱਥੋਂ ਇੱਥੋਂ ਤੱਕ ਦੀਆਂ ਗੱਲਾਂ ਵੀ ਇਹ ਜਿਹੜੀਆਂ ਹੈਗੀਆਂ ਸਾਡੇ ਪ੍ਰਚਾਰਕਾਂ ਨੇ, ਸਾਡੇ ਬਾਬਿਆਂ ਨੇ, ਸਾਡੇ ਵਿੱਚ ਅਫਵਾਹਾਂ ਜਿਹੜੀਆਂ ਹੈਗੀਆਂ ਵਾਧੂ ਦੀਆਂ ਫੈਲਾਈਆਂ ਹੋਈਆਂ, ਇਹਨਾਂ ਤੋਂ ਬਚਣ ਦੀ ਲੋੜ ਹੈ ਭਾਈ, ਪ੍ਰੈਕਟੀਕਲਟੀ ਵਾਲੇ ਪਾਸੇ ਨੂੰ। ਹਾਂਜੀ ਪ੍ਰੋਫੈਸਰ, ਇੱਕ ਸੈਕਿੰਡ ਜੀ। ਦੱਖਣੀ ਸੂਬਿਆਂ ਦੇ ਵਿੱਚ ਮੈਂ ਸਪੋਕਸਮੈਨ ਅਖਬਾਰ ਦੇ ਵਿੱਚੋਂ ਤਰੀਕਾਂ ਨੋਟ ਕੀਤੀਆਂ ਹੋਈਆਂ ਨੇ। ਸਰਦਾਰ ਜਗਿੰਦਰ ਸਿੰਘ ਸਪੋਕਸਮੈਨ ਦੇ ਮਾਲਕ ਸੰਪਾਦਕ, ਉਹਨਾਂ ਨੇ ਸੰਪਾਦਕੀ ਜੀ ਦੱਸਿਆ ਹੋਇਆ ਕਿ ਅੱਜ ਤੱਕ ਉਧਰਲੇ ਪੁਜਾਰੀ ਦੱਖਣੀ ਸੂਬਿਆਂ ਦੇ ਕਈ ਸਾਰੇ ਮੰਦਰਾਂ ਦੇ ਵਿੱਚ ਆਪਣਾ ਚਗਲਿਆ ਹੋਇਆ ਜੂਠਾ ਭੋਜਨ ਅੱਜ ਤੱਕ ਆਪਣੇ ਸੇਵਕਾਂ ਨੂੰ ਇਹ ਕਹਿ ਕੇ ਖਵਾਉਂਦੇ ਨੇ ਕਿ ਤੁਹਾਡੇ ਅੰਦਰ ਗਿਆਨ, ਬਰਮ ਗਿਆਨ ਤੁਹਾਡੇ ਅੰਦਰ ਜਾਗ ਪਵੇਗਾ, ਤੁਹਾਡਾ ਅਗਲਾ ਜਨਮ ਸਮਰ ਜਾਵੇਗਾ, ਤੁਸੀਂ ਸੁਰਗਾਂ 'ਚ ਜਾਓਗੇ। ਅੱਜ ਤੱਕ ਕਈਆਂ ਥਾਵਾਂ ਤੇ ਲੜਕੀਆਂ ਨੂੰ ਜਿਹੜਾ ਮੰਦਰਾਂ ਦੇ ਵਿੱਚ ਅਰਪਣ ਕੀਤਾ ਜਾਂਦਾ ਹੈ, ਕਹਿੰਦੇ ਤੁਹਾਡਾ ਅਗਲਾ ਜਨਮ ਸਮਰ ਜੂਗਾ, ਇਹ ਤੋਂ ਵੱਡਾ ਹੋਰ ਪੁੰਨ ਕੋਈ ਹੋ ਨਹੀਂ ਸਕਦਾ। ਕਈਆਂ ਥਾਵਾਂ ਤੇ ਅੱਜ ਤੱਕ ਔਰਤਾਂ ਮੰਦਰਾਂ ਦੇ ਵਿੱਚ ਕੁਝ ਖਾਸ ਦਿਨਾਂ ਦੇ ਉੱਤੇ, ਸੁਪਰੀਮ ਕੋਰਟ ਤੱਕ ਇਹ ਕੇਸ ਗਏ ਹੋਏ ਨੇ, ਕੁਝ ਖਾਸ ਦਿਨਾਂ ਤੇ ਔਰਤਾਂ ਅਲਫ ਨੰਗੀਆਂ ਹੋ ਕੇ ਮੰਦਰਾਂ ਦੇ ਵਿੱਚ ਜਾਂਦੀਆਂ ਨੇ, ਅੱਜ ਤੱਕ ਇਹ ਹੋ ਰਿਹਾ। ਇਹ ਪੁਜਾਰੀਆਂ ਨੇ ਸਾਡਾ ਬੇੜਾ ਗਰਕ ਕੀਤਾ ਤੇ ਇਹ ਤਾਂ ਧੰਨ ਬਾਬਾ ਨਾਨਕ ਦਾ ਕਿ ਬਹੁਤ ਹੱਦ ਤੱਕ ਸਾਨੂੰ ਮਤ ਦਿੱਤੀ ਹੈ। ਜੇ ਇੰਨਾ ਕੁਝ ਵੀ ਸਾਡੇ ਕੋਲੇ ਗੁਰਬਾਣੀ ਵਰਗਾ ਚਾਨਣ ਨਾ ਹੁੰਦਾ, ਅਸੀਂ ਵੀ ਉਹਨਾਂ ਵਰਗੇ ਗਰਕੇ ਹੋਏ ਹੋਣਾ ਸੀ। ਇਹ ਤਾਂ ਸ਼ੁਕਰ ਹੈ ਕਿ ਜਿੰਨੀ ਕੁ ਗੁਰਬਾਣੀ ਅਸੀਂ ਪੜ੍ਹ ਲਈ ਉਨੀ ਕੁ ਅਕਲ ਆ ਰਹੀ ਹੈ, ਜਿਹਨਾਂ ਨੇ ਨਹੀਂ ਪੜ੍ਹੀ ਉਹ ਗਰਕ ਗਏ। ਉਹ ਪੁਜਾਰੀਆਂ ਦਾ ਬਹੁਤ ਮਲਮੂਤਰ ਤੱਕ ਵੀ ਪੁਜਾਰੀਆਂ ਦਾ ਚੇਲੇ ਪੀ ਰਹੇ ਨੇ, ਖਾ ਰਹੇ ਨੇ, ਤੇ ਇਹ ਪੰਜਾਬ ਦੇ ਵਿੱਚ ਵੀ ਕਈਆਂ ਥਾਵਾਂ ਤੇ ਸਾਧਾਂ ਨੇ ਆਪਣੇ ਚੇਲਿਆਂ ਨੂੰ ਮੂਤਰ ਤੱਕ ਪਿਆਇਆ ਹੈ, ਆਪਣੇ ਗੰਦੇ ਕੱਪੜੇ ਉਹਨਾਂ ਨੂੰ ਉਹਨਾਂ ਦੀ ਮੈਲ ਨਿਚੋੜ ਕੇ ਵੀ ਪਿਆਈ ਹੈ। ਇਹ ਮੇਰੇ ਕੋਲੇ ਪੱਕੇ ਸਬੂਤ ਪਏ ਨੇ ਇਹਨਾਂ ਗੱਲਾਂ। ਜੀ ਜੀ ਬਿਲਕੁਲ ਬਿਲਕੁਲ, ਸਰੋਤਿਓ ਬਹੁਤ ਕੁਛ ਹੈਗਾ ਇਹੋ ਜਿਹਾ, ਬਾਕੀ ਫਿਕਰ ਨਾ ਕਰਿਓ। ਜੇ ਤੁਹਾਨੂੰ ਫਿਰ ਵੀ ਸਵਾਤੀ ਬੂੰਦ ਬਾਰੇ ਪੂਰੀ ਜਾਣਕਾਰੀ ਚਾਹੀਦੀ ਹੋਈ ਤਾਂ ਪ੍ਰੋਫੈਸਰ ਉਦੋਕੇ ਤੇ ਪ੍ਰੋਫੈਸਰ ਪ੍ਰਭਦੀਪ ਸਿੰਘ ਹੋਣੀ ਬਹੁਤ ਵਧੀਆ ਦੱਸ ਦੇਣਗੇ ਇਹਦੇ ਬਾਰੇ, ਕਿਉਂਕਿ ਨੌਲੇਜ ਬਹੁਤ ਆ ਉਹਨਾਂ ਬੰਨਿਆਂ ਦੀ। ਪ੍ਰੋਫੈਸਰ ਸਾਹਿਬ, ਅਗਲਾ ਸਵਾਲ ਹੈ ਜੀ, 425 ਨੰਬਰ ਇਹਨਾਂ ਦਾ ਹੀ ਹੈ, ਜਾਂ ਮੇਥੋਂ ਨਾਮ ਮਿਸ ਹੈ, ਮੇਰੇ ਖਿਆਲ ਚ ਇਹਨਾਂ ਦਾ ਹੀ ਸਵਾਲ ਹੈ। ਇਹ ਸਵਾਲ ਹੈਗਾ ਜੀ ਕਿ ਸ਼ੇਰਨੀ ਦਾ ਦੁੱਧ ਆ ਜਿਹੜਾ ਸੁਣਿਆ, ਅੱਜ ਤੱਕ ਸੁਣਿਆ ਇਹੀ ਹੈ, ਸੁਣਾਇਆ ਵੀ ਇਹੀ ਜਾਂਦਾ, ਉਹਨੂੰ ਸੋਨੇ ਦੇ ਭਾਂਡੇ ਦੇ ਵਿੱਚ ਪਾ ਕੇ ਰੱਖਿਆ ਜਾਂਦਾ। ਕਹਿੰਦੇ ਜੇ ਦੂਜੇ ਭਾਂਡੇ ਦੇ ਵਿੱਚ ਅਸੀਂ ਸ਼ੇਰਨੀ ਦਾ ਦੁੱਧ ਪਾ ਦਈਏ ਤਾਂ ਉਹ ਭਾਂਡਾ ਪਾਟ ਜਾਂਦਾ, ਉਹਦੇ ਵਿੱਚ ਸਰਾਖ ਹੋ ਜਾਂਦੇ ਹੈ। ਪਤਾ ਨੀ ਇਹ ਗੱਲਾਂ ਕਿੱਥੋਂ ਆਈਆਂ, ਕਿਵੇਂ ਆਈਆਂ। ਠੀਕ ਹੈ ਵੀ ਨੌਲੇਜ ਵਾਲੀਆਂ ਗੱਲਾਂ ਸਾਡੇ ਸਰੋਤੇ ਜਾਣਨਾ ਚਾਹੁੰਦੇ ਆ ਜੀ, ਦੱਸੋ ਇਹਦੇ ਬਾਰੇ ਵਿੱਚ। ਹਾਂਜੀ, ਅਣਹੋਣੀਆਂ ਗੱਲਾਂ ਜਿਹੜਾ ਸੱਚ ਮੰਨਦਾ ਹੈ, ਵਿਸ਼ਵਾਸ ਕਰਦਾ ਹੈ, ਉਹਦੀ ਅਕਲ ਦਾ ਸਾਨੂੰ ਪੈਮਾਨਾ ਪਤਾ ਲੱਗ ਜਾਂਦਾ ਕਿ ਕਿੰਨੀ ਕੁ ਅਕਲ ਦਾ ਮਾਲਕ ਹੈ ਜਿਹੜਾ ਝੂਠੀਆਂ ਗੱਲਾਂ ਨੂੰ ਇਸ ਤਰ੍ਹਾਂ ਮੰਨ ਗਿਆ। ਤੇ ਸਾਡੇ ਉੱਥੋਂ ਤੱਕ ਆਪਣੀ ਜ਼ਿੰਦਗੀ ਲੋਕਾਂ ਨੇ ਬਰਬਾਦ ਕਰ ਲਈ ਇੱਕ ਸ਼ਬਦ ਨੂੰ ਜਾਂ ਕਿਸੇ ਇੱਕ ਬਾਣੀ ਨੂੰ। ਇੰਨੇ ਹਜ਼ਾਰ ਵਾਰੀ ਪਾਠ ਕੀਤਾ, ਇੰਨੇ ਦਿਨ ਲਗਾਤਾਰ ਚੱਲ ਕੇ ਨੰਗੇ ਪੈਰੀ ਗੁਰਦੁਆਰੇ ਗਏ ਤੇ ਲੋਕਾਂ ਦਾ ਚਗਲਿਆ ਹੋਇਆ ਪੈਰ ਧੋਤਾ ਹੋਇਆ ਮੈਲਾ ਪਾਣੀ ਉੱਥੇ ਪੀਂਦੇ ਰਹੇ, ਤੇ ਮੈਂ ਡੰਡਾਉਤ ਕਰਦੇ ਵੀ ਧਰਮੀ ਅਖਵਾਉਣ ਵਾਲੇ ਮੰਦਰਾਂ ਨੂੰ ਗੁਰਦੁਆਰਿਆਂ ਨੂੰ ਜਾਂਦੇ ਵੇਖੇ ਨੇ। ਤਾਂ ਇਸ ਤਰ੍ਹਾਂ ਇਹ ਸਾਰਾ ਪੁਜਾਰੀ ਨੇ ਚਾਲਾਂ ਚੱਲੀਆਂ ਨੇ ਕਿ ਕਿਸੇ ਨੂੰ ਅਕਲ ਨਾ ਆ ਜਾਵੇ। ਤੇ ਇਹ ਜਿਹੜੀਆਂ ਸ਼ੇਰਨੀ ਦੇ ਦੁੱਧ ਵਾਲੀ ਗੱਲ ਉਡਾਈ ਹੋਈ ਹੈ, ਇਹ ਵੀ ਉਹਨਾਂ ਦਾ ਮਾਨਸਿਕ ਪੱਧਰ ਪਰਖਣ ਵਾਸਤੇ ਕਿ ਕੀ ਮੇਰੇ ਇਸ ਝੂਠ ਨੂੰ ਇਹ ਸੱਚ ਮੰਨਦੇ ਨੇ। ਮੈਂ ਵੱਡੇ ਤੋਂ ਵੱਡਾ ਝੂਠ ਬੋਲ ਕੇ ਵੇਖਾਂ, ਇਹ ਮੇਰਾ ਥਰਮਾਮੀਟਰ ਹੈ, ਜੇ ਮੰਨ ਗਏ ਤਾਂ ਇਹਦਾ ਮਤਲਬ ਬਿਲਕੁਲ ਉੱਲੂ ਬੰਦੇ ਨੇ, ਇਹਨਾਂ ਨੇ ਮੇਰੀ ਗੱਲ ਦਾ ਕਿੰਤੂ ਪਰੰਤੂ ਕਦੇ ਨਹੀਂ ਕਰਨਾ, ਜਿਵੇਂ ਮਰਜ਼ੀ ਮੈਂ ਇਹਨਾਂ ਨੂੰ ਲੁੱਟ ਕੇ ਖਾ ਲਵਾਂ। ਤੋਂ ਇਸ ਤਰ੍ਹਾਂ ਜਿਹੜਾ ਪਹਿਲੀ ਗੱਲ ਤਾਂ ਇਹ ਹੈ, ਸ਼ੇਰਨੀ ਦੇ ਨੇੜੇ ਕੋਈ ਜਾ ਕੇ ਵੇਖੇ ਫਿਰ ਕਿਵੇਂ ਆਂਦਰਾਂ ਪਾੜ ਕੇ ਸੁਣਦੀ ਆ, ਉਹਦੀ ਉਹਨੂੰ ਫੇਰ ਪਤਾ ਲੱਗੇਗਾ ਸ਼ੇਰਨੀ ਦਾ ਦੁੱਧ ਕੋਈ ਸਕਦਾ ਭਲਾ। ਇਹ ਕੇਵਲ ਤੇ ਕੇਵਲ ਗੱਪ ਮਾਰੀ ਗਈ ਹੈ ਖਾਮਖਾ। ਅਗਲੀ ਗੱਲ, ਇੱਥੇ ਤਾਂ ਇਹ ਵੀ ਸਾਡੀ ਜ਼ਬਾਨ ਦੇ ਉੱਤੇ ਪ੍ਰਚਲਿਤ ਮੁਹਾਵਰਾ ਹੈ ਕਿ ਫਲਾਣਾ ਤਾਂ ਜੇ ਆਖੇ ਤਾਂ ਚਿੜੀਆਂ ਦਾ ਦੁੱਧ ਵੀ ਲਿਆ ਦਿੰਦਾ ਹੈ। ਉਪਲੇ ਮਨ ਤੋਂ ਚਿੜੀਆਂ ਦਾ ਦੁੱਧ ਤਾਂ ਹੁੰਦਾ ਹੀ ਨਹੀਂ, ਉਹਨਾਂ ਦੇ ਤਾਂ ਦੁੱਧੀਆਂ ਹੀ ਨਹੀਂ ਹੁੰਦੀਆਂ, ਤੇ ਉਹ ਵੀ ਪ੍ਰਚਲਿਤ ਨੇ ਮੁਹਾਵਰੇ। ਸੋ ਇਹ ਚੀਜ਼ਾਂ ਕੇਵਲ ਜਿਹੜੀ ਚੀਜ਼ ਨੂੰ ਅਸੀਂ ਪ੍ਰਾਪਤ ਨਹੀਂ ਕਰ ਸਕਦੇ
ਉਹਦੇ ਵਾਸਤੇ ਇਹੋ ਜਿਹੇ ਸ਼ਬਦ ਔਖੇ ਵਰਤ ਲਏ ਜਾਂਦੇ ਨੇ। ਐਕਚੁਅਲ ਸ਼ੇਰਨੀ ਦਾ ਪਹਿਲੀ ਗੱਲ ਤਾਂ ਦੁੱਧ ਬੜਾ ਥੋੜਾ ਹੈ, ਤੇ ਦੂਜੀ ਗੱਲ ਉਹਦੇ 3-4 ਬੱਚੇ ਹੁੰਦੇ ਨੇ, ਅਗਲੀ ਗੱਲ ਉਹ ਜੰਗਲਾਂ 'ਚ ਰਹਿੰਦੀ ਹੈ, ਤੇ ਸ਼ੇਰਨੀ ਕੋਲੇ ਧੱਕੇ ਖਾਣ ਦੀ ਥਾਂ ਤੇ ਦੁੱਧ ਦੀ ਬਣਤਰ ਹੈ ਜਿਹੜੀ ਗਾਂ ਦਾ, ਮੱਝ ਦਾ, ਗਧੀ ਦਾ, ਘੋੜੀ ਦਾ, ਬੱਕਰੀ ਦਾ 19-21 ਦਾ ਫਰਕ ਹੈ। ਦੁੱਧ ਦੇ ਵਿੱਚ ਬਹੁਤਾ ਫਰਕ ਨਹੀਂ ਹੁੰਦਾ, ਇਹ ਸਾਰਾ ਇਕਸਾਰ ਹੀ ਹੁੰਦਾ। ਤੇ ਸ਼ੇਰਨੀ ਦਾ ਫਾਹੇ ਲੱਗ ਕੇ ਜਾਨ ਖਤਰੇ 'ਚ ਪਾ ਕੇ ਦੁੱਧ ਲੈ ਕੇ ਆਓਗੇ, ਫਿਰ ਆਪਣਾ ਸੋਨੇ ਦਾ ਭਾਂਡਾ ਕਿੱਥੋਂ ਲੈ ਕੇ ਆਓਗੇ? ਇਹ ਵਾਧੂ ਸਾਧਾਂ ਨੇ ਬਣਾਈਆਂ ਹੋਈਆਂ ਕਹਾਣੀਆਂ ਨੇ, ਇਹਨਾਂ ਤੇ ਕੋਈ ਵਿਸ਼ਵਾਸ ਕਰਨ ਦੀ ਜ਼ਰੂਰਤ ਨਹੀਂ। ਇਹ ਨਰੋਲ ਇਹਨਾਂ ਨੇ ਗੱਪਾਂ ਵੱਢੀਆਂ ਨੇ ਸਾਡਾ ਇਹ ਦਿਮਾਗ ਪਰਖਣ ਵਾਸਤੇ ਕਿ ਦੇਖੀਏ ਭਲਾ ਮੇਰੇ ਚੇਲੇ ਆਹ ਵੱਡਾ ਗੱਪ ਇਹਨੂੰ ਸੱਚ ਮੰਨਦੇ ਨੇ, ਕੋਈ ਕਿੰਤੂ ਪਰੰਤੂ ਤਾਂ ਨਹੀਂ ਕਰਦੇ। ਜਦੋਂ ਤੁਸੀਂ ਕਿੰਤੂ ਪਰੰਤੂ ਨਹੀਂ ਕਰੋਗੇ ਉਹਨੂੰ ਚਾਅ ਚੜ ਜਾਂਦਾ ਕਿ ਜਿਵੇਂ ਮਰਜ਼ੀ ਮੈਂ ਲੁੱਟ ਕੇ ਖਾ ਲਵਾਂ, ਮੈਨੂੰ ਕੋਈ ਖਤਰਾ ਨਹੀਂ ਹੈ, ਇਹ ਆਪਣੀ ਭੇਟਾ ਪੂਜਾ ਮੈਨੂੰ ਇਸੇ ਤਰ੍ਹਾਂ ਦਿੰਦੇ ਰਹਿਣਗੇ। ਸੋ ਇਹੋ ਜਿਹੀ ਕੋਈ ਕਹਾਣੀ ਹੈ? ਹਾਂਜੀ, ਜਿਹੜੀ ਚਿੜੀ ਦੀ ਗੱਲ ਭਾਈ ਪ੍ਰੋਫੈਸਰ ਸਾਹਿਬ ਨੇ ਕੀਤੀ ਹੈ ਉਹ ਚਿੜੀ ਪ੍ਰਭ ਦੀ ਵੀ ਨਹੀਂ ਹੈਗੀ, ਉਹ ਦੂਜੀਆਂ ਚਿੜੀਆਂ ਦੀ ਗੱਲ ਹੈ। ਸੀਰੀਅਸ ਨਾ ਲਿਓ ਇਸ ਗੱਲ ਨੂੰ। ਤੇ ਬਾਕੀ ਸਮਾਂ ਸਾਡਾ ਪੂਰਾ ਹੋ ਗਿਆ ਜੀ, ਮਿੰਟ ਉੱਤੇ ਹੋ ਗਿਆ, ਕੋਈ ਗੱਲ ਨੀ। ਪ੍ਰੋਫੈਸਰ ਸਾਹਿਬ ਆਪਾਂ ਸਮਾਪਤੀ ਕਰਦੇ ਹਾਂ, ਤੁਹਾਡੇ ਕੋਲ ਕੋਈ ਅਖੀਰੀ ਗੱਲ ਹੈ ਕਹਿਣ ਵਾਸਤੇ ਸਰੋਤਿਆਂ ਨੂੰ ਤਾਂ ਤੁਸੀਂ ਕਹਿ ਦਿਓ। ਠੀਕ, ਬਾਰ ਬਾਰ ਬੇਨਤੀ ਇਹ ਮੈਂ ਤਾਂ ਕਰਦਾ ਕਿ ਆਪਣੇ ਦਿਮਾਗ ਨੂੰ ਇੰਨਾ ਉੱਚਾ ਕਰੋ, ਇੰਨੀ ਸਟੱਡੀ ਕਰੋ, ਜਦੋਂ ਕੋਈ ਦੂਜੀ ਧਿਰ ਤੁਹਾਨੂੰ ਕੋਈ ਗੱਲ ਕਹਿੰਦੀ ਹੈ ਤੁਹਾਡੇ ਅੰਦਰ ਪਰਖ ਕਰਨ ਦੀ ਯੋਗਤਾ ਹੋਵੇ, ਠੀਕ ਅਤੇ ਗਲਤ ਦੀ ਪਛਾਣ ਕਰ ਸਕੋ, ਤੁਹਾਨੂੰ ਕੋਈ ਗੁਮਰਾਹ ਨਾ ਕਰ ਸਕੇ, ਜਿਹੜਾ ਤੁਹਾਨੂੰ ਚੰਗੀ ਮਤ ਦਿੰਦਾ ਉਹਦਾ ਸਤਿਕਾਰ ਕਰੋ, ਤੇ ਜਿਹੜਾ ਤੁਹਾਨੂੰ ਗਲਤ ਰਸਤੇ ਪਾਉਂਦਾ ਉਹਨੂੰ ਜੇ ਹਿੰਮਤ ਹੈ ਤਾਂ ਮੂੰਹ ਤੇ ਕਹਿ ਦਿਓ ਮੈਂ ਤੇਰੀ ਇਸ ਗੱਪ ਨੂੰ ਮੰਨਣ ਨੂੰ ਤਿਆਰ ਨਹੀਂ, ਜੇ ਹਿੰਮਤ ਨਹੀਂ ਹੈ ਤਾਂ ਆਪਣੇ ਆਪ ਨੂੰ ਕਿਨਾਰਾ ਕਰਕੇ ਪਾਸੇ ਚਲੇ ਜਾਓ, ਉਹੋ ਜਿਹੇ ਬੰਦੇ ਦੇ ਮਗਰ ਲੱਗਣ ਦੀ ਗੱਲ ਮੰਨਣ ਦੀ ਜ਼ਰੂਰਤ ਨਹੀਂ ਹੈ, ਆਪਣੇ ਆਪ ਨੂੰ ਵਿਕਸਿਤ ਕਰੋ। ਬਿਲਕੁਲ ਬਿਲਕੁਲ ਸਰੋਤਿਓ, ਇਸ ਗੱਲ ਦਾ ਖਾਸ ਕਰ ਖਿਆਲ ਰੱਖਿਓ ਜਿੱਥੋਂ ਤੱਕ ਸਾਨੂੰ ਵੀ ਸਮਝ ਪੈਂਦੀ ਹੈ। ਕੁਝ ਐਗਜ਼ਾਮਪਲਾਂ ਹੈਗੀਆਂ ਜਿਹੜੀਆਂ ਸਾਨੂੰ ਸਾਡੇ ਪੈਰਾਂ ਤੇ ਖੜਾ ਕਰਦੀਆਂ ਹੈ, ਉਹ ਵੀ ਨਹੀਂ ਪ੍ਰੈਕਟੀਕਲ ਦੇ ਵਿੱਚ, ਪਰ ਐਗਜ਼ਾਮਪਲਾਂ ਕੁਛ ਹੈਗੀਆਂ। ਪਿੱਛੇ ਜੇ ਬਾਜ ਦੀ ਗੱਲ ਚੱਲੀ ਸੀਗੀ, ਬਾਜ ਦੀ ਐਗਜ਼ਾਮਪਲ ਭਾਈ ਸਾਹਿਬ ਉਹਨਾਂ ਨੇ ਦਿੱਤੀ ਸੀ, ਉਸ ਐਗਜ਼ਾਮਪਲ ਤੋਂ ਸਾਨੂੰ ਮੋਟੀਵੇਸ਼ਨ ਮਿਲਦੀ ਹੈ, ਅਸੀਂ ਉੱਠ ਕੇ ਖੜੇ ਹੁੰਦੇ ਹਾਂ। ਇੱਕ ਉਹ ਐਗਜ਼ਾਮਪਲ ਵੱਖਰੀ ਹੈ, ਇੱਕ ਐਗਜ਼ਾਮਪਲ ਆ ਸ਼ੇਰਨੀ ਦੇ ਦੁੱਧ ਵਾਲੀ ਹੈ, ਦੱਸੋ ਇਹਦੇ ਨਾਲ ਕਿਹੜੀ ਪੋਜ਼ਿਟਿਵਿਟੀ ਆਉਣੀ ਹੈ ਸਾਡੇ ਵਿੱਚ। ਇੱਕ ਐਗਜ਼ਾਮਪਲ ਸਵਾਤੀ ਬੂੰਦ ਵਾਲੀ ਹੈ, ਗਿੱਦੜ ਹਲਕ ਜਾਣਾ ਹੈ, ਮਨੁੱਖ ਬ੍ਰਹਮ ਗਿਆਨੀ ਕਿ ਮਤਲਬ ਉਸ ਪਾਸੇ ਲੱਗ ਜਾਣਾ, ਤੁਸੀਂ ਅਨਪ੍ਰੈਕਟੀਕਲ ਗੱਲ ਵਾਲੇ ਪਾਸੇ ਲੱਗ ਜਾਣਾ। ਗੱਲਾਂ ਨੂੰ ਸਮਝਣਾ ਹੁੰਦਾ, ਆਪਣਾ ਬੌਧਿਕ ਸਤਰ, ਆਪਣਾ ਬੌਧਿਕ ਪੱਧਰ ਅਸੀਂ ਉੱਚਾ ਚੱਕੀਏ। ਅੱਜ ਵੱਧਦੇ ਆਪਾਂ ਸਮਾਪਤੀ ਵਾਲੇ ਪਾਸੇ ਨੂੰ। ਪ੍ਰੋਫੈਸਰ ਸਾਹਿਬ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦੇਣ ਦੇ ਲਈ। ਅਗਲੇ ਸੋਮਵਾਰ ਆਪਾਂ ਫਿਰ ਮਿਲਾਂਗੇ ਇਹੀ ਪ੍ਰੋਗਰਾਮ ਸਵਾਲ ਜਵਾਬ ਲੈ ਕੇ, ਤੇ ਹੋਈਆਂ ਭੁੱਲਾਂ ਦੀ ਖਿਮਾ, ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਹੋਵੇ ਬੋਲਦਿਆਂ ਤੋਂ ਤਾਂ ਉਹਦੇ ਵਾਸਤੇ ਅਸੀਂ ਖਿਮਾ ਦੇ ਜਾਚਕ ਹੈ। ਪ੍ਰੋਫੈਸਰ ਸਾਹਿਬ ਜੀ ਦਿਓ ਇਜਾਜ਼ਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ।